same as you. ਏਕੰਕਾਰ ਸਤਿਗੁਰੂ ਜੈ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਵਾਹਿਗੁਰੂ ਸਤਨਾਮ ਕੋ ਬੰਧਨ ਵਾਰਨ ਵਾਰ ਬੰਧਨ ਕੰਧਨ ਸੁਖ ਸਦਨ ਖੱਟ ਮਰਦਨ ਨਿਰਧਾਰ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਮੈਨੂੰ ਰੱਖੀ ਸੰਤਾਂ ਦੇ ਪਾਛੇ ਇਹੋ ਦਾਨ ਮੰਗਾ ਵਾਹਿਗੁਰੂ ਮੈਨੂੰ ਰੱਖੀ ਸਾਧੂਆਂ ਦੇ ਪਾਛੇ ਇਹੋ ਦਾਨ ਮੰਗਾ ਵਾਹਿਗੁਰੂ Thank you.
ਏਗੋ ਦਾਨ ਮੰਗਾ ਵਾਹਿਗੁਰੂ ਰਚੀ ਸਾਧੂਆਂ ਦੇ ਪਾਛੇ ਏਗੋ ਦਾਨ ਮੰਗਾ ਵਾਹਿਗੁਰੂ ਸਰਵ ਕਲਾਕਾਰ ਮਾਗੋ ਹਮ ਐਸੇ ਤੂੰ ਹੈ ਹਮ ਪਾਪੀ ਪਾਪ ਨੀਕੋ ਠਾਕਰ ਦੇ ਤੁਮ ਸਭ ਸਾਜੇ ਸਾਜਨ ਵਾਜੇ ਜੀਓ ਪਿੰਡ ਦੇ ਨਿਰਗੁਣ ਯਾਰੇ ਗੁਣ ਨਹੀਂ ਤੁਮ ਦਾਨ ਦਿਓ ਕਰੂ ਕਲਾ ਹਮ ਸਦਾ ਸਦਾ ਦਇਆ ਤੁਮ ਕਰਣਾਈ ਪੁਰ ਰਾਖੂ ਆਪਣੇ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਨ ਕਹੋ ਨਾਨਕ ਹਾਵੇ ਗੈ ਰੱਖ ਸੰਤਨ ਮੈਨੂੰ ਰੱਖੀ ਸਾਧੂਆਂ ਦੇ ਪਾਛੇ ਏਕੋ ਦਾਨ ਮੰਗਾ ਵਾਹਿਗੁਰੂ ਰੱਖੀ ਸਾਧੂਆਂ ਦੇ ਪਾਛੇ ਏਕੋ ਦਾਨ ਮੰਗਾ ਵਾਹਿਗੁਰੂ ਤੀਰਥ ਦਾ ਰੂਪ ਜੋ ਹੈ ਉਹ ਇਸ ਸਥਾਨ ਨੂੰ ਆਪ ਜੀ ਨੇ ਯੁੱਗਾਂ ਦੀਆਂ ਪਿਛਲੇ ਦੀਵਾਨਾਂ ਵਿੱਚ ਵੀ ਔਰ ਸੰਤ ਮਹਾਰਾਜ ਜੀ ਦੇ ਜੋ ਪੇਸ਼ੇਨ ਗੋਈ ਅਸੀਂ ਕਹਿੰਦੇ ਹਾਂ ਪੇਸ਼ੀਨ ਗੋਈ ਭਵਿੱਖ ਆਉਣ ਵਾਲਾ ਸਮਾਂ ਮਹਾਰਾਜ ਦੇ ਅੰਮ੍ਰਿਤ ਵਚਨਾਂ ਨਾਲ ਕਿ ਭਾਈ ਜਿਸ ਤਰ੍ਹਾਂ ਗੁਰੂ ਸਾਗਰ ਮਸਤੂਆਣਾ ਸਾਹਿਬ ਆਪ ਇਸ ਭੂਮੀ ਦੇ ਨਾਲ ਮੈਂ ਸ਼ਬਦ ਜੋੜਦਾ ਹੋਇਆ ਕਿ ਮਹਾਰਾਜ ਨੂੰ ਸੰਤ ਬਿਸ਼ਨ ਸਿੰਘ ਜੀਆਂ ਨੇ ਜਦੋਂ ਅੰਮ੍ਰਿਤ ਸਰੋਵਰ ਗੁਰੂ ਸਾਗਰ ਮਸਤੂਆਣਾ ਸਾਹਿਬ ਦੀ ਰਚਨਾ ਰਚਾਉਣ ਦਾ ਸਮਾਂ ਸੰਤ ਮਹਾਰਾਜ ਨੇ ਬਖਸ਼ਿਆ ਆਪ ਦੇ ਅਵਤਾਰ ਜੋ ਧਾਰਨ ਕੀਤੇ ਸੀ ਆਪ ਜੀ ਨੇ ਉਸ ਕਾਰਜ ਨੂੰ ਪ੍ਰਾਰੰਭ ਕੀਤਾ ਜਿਸ ਵਾਸਤੇ ਮਾਤ ਲੋਕ ਵਿੱਚ ਆਪ ਜੀ ਦਾ ਆਗਮਨ ਹੋਇਆ
ਸੰਤ ਵਿਸ਼ਨ ਸਿੰਘ ਜੀ ਨੇ ਇੱਕ ਬੇਨਤੀ ਕੀਤੀ, ਮਹਾਰਾਜ ਆਪ ਇੱਥੇ ਕੀ ਰਚੋਗੇ? ਕਹਿੰਦੇ ਭਾਈ ਗੁਰਸਥਾਨ ਦੀ ਰਚਨਾ। ਕਹਿੰਦੇ ਜੀ ਗੁਰਦੁਆਰੇ ਤਾਂ ਬਹੁਤ ਨੇ, ਪਹਿਲਾਂ ਵੀ ਇੱਧਰ ਆਲੇ ਦੁਆਲੇ ਬਣ ਗਏ ਨੇ, ਕਾਂਝਲਾ ਸਾਹਿਬ ਵੀ ਹੈ, ਹੋਰ ਵੀ ਨੇ, ਪਰ ਗੁਰਦੁਆਰੇ ਤਾਂ ਪਹਿਲਾਂ ਹੀ ਨਹੀਂ ਸੰਭਾਲੇ ਜਾ ਰਹੇ। ਮਹਾਰਾਜ ਕਹਿੰਦੇ ਗੁਰਦੁਆਰੇ ਹਨ, ਪਰ ਅਸੀਂ ਤਾਂ ਇੱਥੇ ਤੀਰਥ ਰਚਣਾ ਹੈ। ਗੁਰਦੁਆਰੇ ਤਾਂ ਪੱਤੀਆਂ ਵਿੱਚ ਵੀ ਨੇ, ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਲਓ, ਘਰ ਮਕਾਨ ਉਹ ਗੁਰਦੁਆਰਾ ਹੀ ਹੁੰਦਾ, ਪਰ ਅਸੀਂ ਤਾਂ ਤੀਰਥ ਰਚਣਾ ਹੈ। ਸੰਤ ਬਿਸ਼ਨ ਸਿੰਘ ਜੀ ਇਸੇ ਸਥਾਨ ਨੂੰ ਮਹਾਰਾਜ ਨੇ ਫਿਰ ਤੀਰਥ ਰਚਾਉਣਾ। ਗੁਰੂ ਅੰਮ੍ਰਿਤਸਰ ਵੀ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦੇ ਭਵਿੱਖਤ ਵਚਨ ਸੂਰਜ ਪ੍ਰਕਾਸ਼ ਵਿੱਚ ਆਉਂਦੇ ਹੋਏ ਧੀਰਜ ਔਰ ਦਰਵਾਜ਼ ਅਤੇ ਸ਼ਰਧਾ ਬਣਾਉਂਦੇ ਨੇ। ਕਵੀ ਸੰਤੋਖ ਸਿੰਘ, ਕਵੀ ਚੂੜਾਮਣ, ਹੋਰ ਵੀ ਬਹੁਤ ਇਤਿਹਾਸ ਹਨ ਮਹਾਰਾਜ ਦੀਆਂ ਕਥਾ। ਗੁਰੂ ਨਾਨਕ ਸਾਹਿਬ ਜੀ ਦਾ ਉੱਥੇ ਟਿਕ ਜਾਣਾ, ਬੈਠਣਾ, ਆਰਾ ਭਾਈ ਮਰਦਾਨੇ ਵਾਲੇ ਅਤੇ ਸੰਗਤਾਂ ਨੂੰ ਪ੍ਰੇਰਨਾ ਦੇਣੀ ਕਿ ਇੱਥੇ ਸ਼੍ਰੀ ਰਾਮ ਚੰਦਰ ਭਗਵਾਨ ਆਏ। ਵਿਸ਼ਨੂੰ ਜੀ ਵੀ ਕਦੀ ਗੁਪਤ ਸਥਾਨ ਨੇ, ਉਹ ਸਾਨੂੰ ਦੇਖਣ ਵਿੱਚ ਨਹੀਂ ਆਉਂਦੇ ਕਈ ਦਫ਼ਾ। ਤੋ ਇਸੀ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਸਥਾਨ ਨੂੰ ਕਿ ਇੱਥੇ ਕੀ ਕੁਝ ਹੈ, ਗੁਪਤ ਸ਼ਕਤੀਆਂ ਦੇ ਗੁਪਤ ਵਿਚਾਰ, ਗੁਪਤ ਅੰਮ੍ਰਿਤ ਵਚਨ ਸੁਣਾਏ। ਪਰ ਉਹਨੂੰ ਪ੍ਰਗਟ ਹੋਣ ਦਾ ਇੱਕ ਨਿਸ਼ਾਨਾ ਹੋਇਆ। ਕਦੋਂ ਹੋਇਆ? ਬੀਬੀ ਰਜਨੀ ਵੇਲੇ। ਇੱਕ ਕੋਹੜੀ ਸਰੀਰ ਦਾ ਕੰਚਨ ਵਰਗੀ ਦੇਹੀ ਗੋਤਾ ਮਾਰਨਾ, ਉਸ ਰਜਨੀ ਦਾ ਵਿਸ਼ਵਾਸ ਸੀ ਪਰਮਾਤਮਾ 'ਤੇ, ਵਾਹਿਗੁਰੂ 'ਤੇ, ਕਰਤਾਰ 'ਤੇ, ਔਰ ਉਸਦੇ ਪਿਤਾ ਨੂੰ ਆਪਣੀ ਕਮਾਈ 'ਤੇ ਸੀ ਵਿਸ਼ਵਾਸ। ਪਰ ਉਸ ਗੱਲ ਦਾ ਨਿਚੋੜ ਕੀ ਹੋਇਆ ਆਪ ਸੰਗਤਾਂ ਦੇ ਸਾਹਮਣੇ ਮੈਂ ਸਿੱਧ ਕਰਨ ਵਾਸਤੇ ਸਿਰਫ ਉਦਾਹਰਣ, ਜਿਹਨੂੰ ਐਗਜ਼ੈਂਪਲ, ਮਿਸਾਲ ਕਿਹਾ ਜਾਂਦਾ, ਵੀ ਸਵਾਲ ਜਿਹੜਾ ਹੈ ਹੱਲ ਕਰਨਾ ਹੁੰਦਾ, ਉਹ ਉਦਾਹਰਣ ਨਾਲ ਹੁੰਦਾ। ਤੋ ਇਸ ਦੀ ਰਚਨਾ ਹੈ ਜਿਹੜੀ ਕਿ ਰਜਨੀ ਨੂੰ ਵਿਸ਼ਵਾਸ ਕਿੱਥੋਂ ਹੋਇਆ? ਇੱਕ ਕਾਗ ਕੋਈ ਗੋਤਾ ਮਾਰਦੇ ਨੇ ਅਤੇ ਉਸ ਛੱਪੜੀ ਵਿੱਚ, ਉਹ ਪਹਿਲੇ ਦਿਨ ਹੀ ਨਹੀਂ ਇਹ ਰਾਮਸਰ ਰਾਮਦਾਸ ਸਰੋਵਰ ਬਣਿਆ ਸੀ, ਇੱਕ ਛੱਪੜੀ ਦਾ ਰੂਪ ਸੀ ਦੇਖਣ ਵਿੱਚ। ਆ ਥੋੜ੍ਹਾ ਜਿਹਾ ਸਮਾਂ ਲੰਘਿਆ ਕਿ ਆ ਦੁੱਖ ਨਿਵਾਰਨ ਉਹਦੇ ਨਾਲ ਕਰੰਗਾ ਰੋੜੀ ਸੀ ਵਿੱਚ, ਉੱਥੇ ਵੀ ਸੀ ਜਿੱਥੇ ਸਰੋਵਰ ਬਣਿਆ ਹੋਇਆ ਹੈ। ਦੁੱਖ ਨਿਵਾਰਨ ਦੀ ਮੈਂ ਗੱਲ ਕਰ ਰਿਹਾ। ਫਿਰ ਮਹਾਰਾਜਾ ਭੁਪਿੰਦਰ ਸਿੰਘ ਨੇ ਕੋਈ ਪ੍ਰੇਰਨਾ ਕੀਤੀ, ਮਹਾਰਾਜਾ ਯਾਦਵਿੰਦਰ ਸਿੰਘ ਨੇ ਸੰਗਤਾਂ ਨਾਲ ਮਿਲ ਕੇ ਉਹਦੀ ਸਰੋਵਰ ਦੀ ਰਚਨਾ ਕੀਤੀ ਹੈ। ਹੁਣ ਬਹੁਤ ਕੁਛ ਬਣ ਗਿਆ ਦਿਨ ਬ ਦਿਨ 47 ਤੋਂ ਬਾਅਦ। ਤੋ ਮੇਰੇ ਵਿਚਾਰ ਨਾਲ ਜਿਹੜਾ ਕਿ ਆਪ ਸੁਣਦੇ ਹੀ ਹੋ, ਤੋ ਉਸ ਵੇਲੇ ਛੱਪੜੀ ਸੀ, ਉੱਥੇ ਕੋਈ ਸਰੋਵਰ ਨਹੀਂ ਸੀ ਬਣਿਆ ਅੰਮ੍ਰਿਤਸਰ, ਜਿੱਥੇ ਇੱਕ ਕਾਗਾਂ ਦੇ ਸਰੂਪ ਹੰਸ ਬਣਨ ਵਿੱਚ ਸਾਹਮਣੇ ਨਕਸ਼ਾ ਆਇਆ। ਆਪ ਰਜਨੀ ਆਪਣੇ ਪਤੀ ਨੂੰ, ਜੋ ਇੱਕ ਕੀ ਹਾਲਤ ਸੀ, ਕੋਹੜੀ ਬਣਿਆ ਹੋਇਆ ਸੀ, ਔਰ ਉਸਨੂੰ ਕਿਸ ਤਰ੍ਹਾਂ ਰੋੜੀ ਜਾਂਦੀ ਸੀ, ਖਾਰੀ ਵਿੱਚ ਪਾਇਆ, ਦੋ ਮਧੂਕਰੀਆਂ ਲੈਣ ਵਾਸਤੇ ਆਪਦਾ ਗਜ਼ਾ ਕਰਨਾ ਕਿ ਮੈਂ ਆਪਣੇ ਪਤੀ ਦੇਵ ਨੂੰ ਲੈ ਕੇ ਆਵਾਂ, ਛੱਡ ਗਈ ਹੈ। ਪਰ ਉਸ ਵੇਲੇ ਆਉਂਦਿਆਂ ਉਸ ਕੋਹੜੀ ਨੇ ਦੇਖਿਆ ਇੱਥੇ ਕਾਗ ਹੰਸ ਬਣ ਜਾਂਦੇ ਨੇ, ਧੱਕਾ ਮਾਰ ਮਾਰ ਰੇੜ ਰੇੜ ਕੇ ਖਾਰੀ ਨੂੰ, ਆਪ ਵੀ ਉੱਥੇ ਗੋਤਾ ਲਿਆ ਲਿਆ। ਇੱਕ ਉਂਗਲੀ ਦੀ ਨਿਸ਼ਾਨੀ ਹੀ ਦੱਸੀ ਹੈ ਆਪ ਦੀ, ਰੱਖੀ ਹੈ ਕਿ ਆਪ ਰਜਨੀ ਨੂੰ ਵਿਸ਼ਵਾਸ ਹੋ ਗਿਆ ਕਿ ਮੇਰਾ ਇਹੀ ਪਿੰਗਲਾ ਸੋਹਣਾ, ਕਿਤਨੀ ਕੰਚਨ ਵਰਗੀ ਹੋ ਗਈ ਦੇਹੀ, ਇਸ ਛੱਪੜੀ ਦਾ ਜਲ ਕਿਤਨਾ ਸੋਹਣਾ, ਨਿਰਮਲ ਜਲ
ਭਾਵ ਇੱਕ ਤੀਰਥ ਉਸ ਸਮੇਂ ਤੋਂ ਤਾਂ ਸਾਰੀਆਂ ਸੰਗਤਾਂ ਦੇ ਸਾਹਮਣੇ ਆ ਗਿਆ ਹੈ। ਤੋ ਇਸੀ ਤਰ੍ਹਾਂ ਇਸ ਸਥਾਨ 'ਤੇ ਮੈਂ ਹੁਣ ਇੱਕ ਨਿਸ਼ਚੇ ਵਾਲੀ ਗੱਲ ਕਰਦਾ। ਪਿਛਲੇ ਜੇ ਸਾਲ ਜਦੋਂ ਸਿਆਲਾਂ ਦੇ ਦੀਵਾਨ ਸਨ ਸੰਤ ਤੀਰਥ ਸਿੰਘ ਜੀ ਮਹਾਰਾਜ, ਗੁਰੂ ਸੰਤ ਮਹਾਰਾਜ ਜੀਆਂ ਦੇ ਬਖਸ਼ੇ ਹੋਏ ਇਸ ਨਗਰ ਨੂੰ ਪ੍ਰਾਪਤ ਹੋਈਆਂ ਕਮਾਈਆਂ ਵਾਲੀਆਂ ਰੂਹਾਂ ਪਰਮਾਤਮਾ, ਉਹਨਾਂ ਦੀ ਯਾਦ ਵਿੱਚ ਸਕੂਲ ਵਿੱਚ ਮੈਂ ਰਾਮਸਰ ਬਾਰੇ ਬੋਲਿਆ ਸੀ ਕਿ ਇੱਥੇ ਇਤਿਹਾਸ ਅਗਵਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਗਮਨ ਔਰ ਇਸ ਤੀਰਥ 'ਤੇ ਉਹ ਆਉਂਦੇ ਹੀ ਵਹਿਣ ਨੇ, ਜਿਸ ਤਰ੍ਹਾਂ ਦਰਿਆ ਵਗਦੇ ਰਹਿੰਦੇ ਨੇ, ਉਹ ਆਪਦਾ ਵਹਿਣ ਨਹੀਂ ਛੱਡਦੇ ਹੁੰਦੇ, ਵਗਦੇ ਰਹਿੰਦੇ ਨੇ। ਜਦ ਸਮਾਂ ਆਉਂਦਾ ਫਿਰ ਆ ਜਾਂਦੇ ਨੇ। ਅਸੀਂ ਲੋਕ ਲੰਘਿਆਂ ਦਰਿਆਵਾਂ ਤੋਂ ਸੁੱਕ ਜਾਂਦੇ ਨੇ ਰਸਤੇ ਉਹਨਾਂ ਦੇ ਵਹਿਣ, ਫਿਰ ਉਹ ਆਉਂਦੇ ਨੇ, ਫਿਰ ਉਸੇ ਤਰ੍ਹਾਂ ਜਲ ਦਾ ਵਹਿਣ ਹੈ, ਉਹ ਆਪਣੀ ਹਰਿਆਵਲ ਔਰ ਜਲ ਦਾ ਵਗਣਾ ਉਸੇ ਰਾਹਾਂ 'ਤੇ ਚੱਲਦਾ ਰਹਿੰਦਾ ਹੈ। ਗੁਰੂ ਤੇਗ ਬਹਾਦਰ ਉਹੀ ਰਾਮਸਰ, ਕਿੱਥੇ ਅੰਮ੍ਰਿਤਸਰ ਦੀ ਧਰਤੀ ਤੋਂ ਵੀ ਉੱਤੇ ਹਿੱਸੇ 'ਚ ਰਾਮਸਰ ਹੈ, ਜਿੱਥੇ ਬਨਵਾਸ ਔਰ ਅੱਗੇ ਰਿਸ਼ੀ ਜੀ ਦਾ ਔਰ ਵਾਲਮੀਕ ਜੀ ਦਾ ਲਹੂ ਅਤੇ ਕੁਸ਼ੂ ਦਾ ਇਤਿਹਾਸ ਬਣਦਾ ਹੈ। ਪਰ ਇਹ ਧਰਤੀ ਬੜੀ ਇੱਕ ਸੁੰਦਰ ਜੰਗਲ, ਤ੍ਰੇਤੇ ਯੁੱਗ ਤੋਂ ਲੈ ਕੇ ਕੋਈ ਗੁਰੂ ਸਾਗਰ ਕਹੋ, ਇਸ ਰਾਮਸਰ ਦਾ ਮੈਂ ਸਿਰਫ ਤੁਸੀਂ ਹੈਰਾਨ ਹੋਵੋਗੇ ਮੈਂ ਕੈਸ ਭਰਦਾ। ਇਹ ਰਿਕਾਰਡ ਆਉਣ ਵਾਲੇ ਸਮੇਂ 'ਚ ਇੱਕ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਊਗਾ, ਜਿਹੜਾ ਕੈਸ ਭਰ ਰਹੀ ਹੈ ਇੱਧਰ ਵੀ। ਭਾਵੇਂ ਅਸੀਂ ਸੁਣ ਕੇ ਅਣਸੁਣੀ ਜੀ ਗੱਲ ਕਰ ਦੇਈਏ, ਕੋਈ ਉਹਦੇ ਵਿੱਚ ਸਾਨੂੰ ਇੰਨਾ ਲਾਭ ਨਹੀਂ। ਲਾਭ ਤਾਂ ਜੇ ਸੁਣ ਕੇ ਮੰਨੀਏ ਅਤੇ ਕਮਾਈ ਵਿੱਚ ਲਿਆਈਏ, ਸੰਗੀਆਂ ਸਾਥੀਆਂ ਨੂੰ ਵੀ ਇਸ ਮਾਰਗ 'ਤੇ ਲਾਉਣ ਵਾਲਾ, ਸ਼ਰਧਾ ਦਾ ਪਾਤਰੀ ਨਹੀਂ ਸੁਪਾਤਰੀ ਬਣਨ ਵਾਲੇ, ਅੱਗੇ ਹੋਰ ਵਰਤਾਵੇ ਜਿਹੜਾ ਪਾਤਰੀ ਉਸ ਤੋਂ ਲਾਹਾ ਲੈ ਲੈਣ। ਹਾਂਜੀ, ਮੈਂ ਦੀਵਾਨਾਂ ਤੋਂ ਬਾਅਦ ਦਾ ਇੱਕ ਸਾਹਮਣੇ ਜਿਸ ਤਰ੍ਹਾਂ ਰਜਨੀ ਦੀ ਇੱਕ ਮੈਂ ਮਿਸਾਲ ਇਹ ਦਿੱਤੀ ਹੈ, ਫਿਰ ਬੋਲੂੰ ਅੱਗੇ ਜੋ ਮਹਾਂਪੁਰਸ਼ਾਂ ਦੇ ਬਾਰੇ ਹੈ। ਆਪਣੇ ਉਹ ਜਿਹੜੀ ਸੰਗਤ ਜਾਂਦੀ ਹੈ ਮਾਤਾ ਗੁਜਰੀ ਸਰੈਂ, ਸੰਤ ਖਾਲਸਾ ਦਲ ਦੇ ਖਾਸ ਕਰਕੇ ਮੈਂਬਰ, ਉਹਨਾਂ ਨੂੰ ਵੀ ਸਭ ਨੂੰ ਪਤਾ ਉਹ ਬਾਲਕਾ ਫੋਰਮੈਨ ਜਿਹਨੂੰ ਕਹਿੰਦੇ ਉਹ ਗੜਵਈਆ ਮੂਹਰੇ, ਉਹ ਵਿਚਾਰਾ ਵੀ ਕਿਸੇ ਸਮੇਂ ਸਰੀਰ ਐਂ ਢੇਰੀ ਹੋ ਗਿਆ ਸੀ ਅਤੇ ਉਹਦੇ ਮਾਤਾ ਜੀ ਲੈ ਕੇ ਆਏ। ਮੈਂ ਕਿਹਾ ਤੂੰ ਤਾਂ ਬੜਾ ਕੰਮ ਲੈਣਾ ਹੈ। ਲੋਟਬੰਦੀ ਵਾਲੇ ਭਲਵਾਨ ਨੂੰ ਮੈਂ ਕਿਹਾ ਬਾਹਾਂ 'ਤੇ ਚੁੱਕ ਲੈ, ਕਹਿੰਦਾ ਜੀ ਇਹ ਤਾਂ ਹੋ ਲਿਆ। ਮੈਂ ਕਿਹਾ ਚੁੱਕ ਲੈ ਸਰੋਵਰ ਸਿੱਧ ਸਾਰੇ ਦੇ ਗੋਤੇ ਲਵਾ, ਇਹ ਤੂੰ ਕੰਮ ਬੜਾ ਲੈਣਾ। ਉਹਨੇ ਸੱਤ ਗੋਤੇ ਲਵਾ ਦਿੱਤੀਆਂ ਸਰੋਵਰ ਵਿੱਚ, ਬਾਹਾਂ 'ਤੇ ਚੱਕਿਆ, ਕਹਿੰਦਾ ਜੀ ਉਈ ਨਾ ਠੰਡਾ ਹੋ ਜੇ, ਉਹ ਤੁਸੀਂ ਦੇਖਦੇ ਹੋ। ਉਹਦੇ ਚਾਚੇ ਦੇ ਭਰਾ, ਖੁਦ ਮਾਸੀ ਦੇ ਪੁੱਤ ਸਕੀਆਂ ਮਾਸੀਆਂ ਸਕੇ ਭਰਾ ਨੇ ਔਰ ਹੁਸੈਨਪੁਰਾ ਹੁਸੈਨਪੁਰਾ ਬਦੌਛੀ ਦੇ ਨਾਲ ਹੈ, ਉੱਥੇ ਉਹਦੇ ਨਾਨਕੇ ਨੇ। ਭਾਵ ਚਾਚੇ ਦਾ ਪੁੱਤਰ, ਉਹਦਾ ਦਰਦ ਕਿਤੇ ਨਾ ਹਟਿਆ। ਬੜੇ ਡਾਕਟਰਾਂ ਤੋਂ ਸਿਹੋੜਾ ਸਾਹਿਬ ਦੇ ਨਾਲ ਲੁਧਿਆਣੇ ਤੋਂ ਇਤਨੀ ਦਵਾਈ ਛੱਕ ਲਈ, 2-3 ਸਾਲ ਤੋਂ ਬਿਲਕੁਲ ਉਹ ਕਾਫੀ ਬਿਮਾਰ ਸੀ, ਉਹਦੇ ਦਰਦ ਹੀ ਨਾ ਹਟੇ। ਇੱਕ 2 ਦਫ਼ਾ ਜਲ ਵੀ ਲਿਆ। ਮੈਂ ਉਹਨੂੰ ਕਿਹਾ ਪ੍ਰੇਮ ਬੱਚਿਆ ਐਂ ਕਰ, ਤੋਂ ਇੱਕ ਦਾ ਰਾਤ ਰਾਮਸਰ ਤੀਰਥ ਪ੍ਰਗਟ ਹੋਇਆ, ਭੈਣੀ ਸਾਹਿਬ ਜਾ ਕੇ ਰਾਤ ਕੱਟ ਕੇ ਆ, ਜੋ ਤੇਤੋ ਸਰੂ ਕੁ ਦੇਗ ਸਜਾਈ, ਰਾਤ ਕੱਟੀ ਸੁਬਹਾ ਇਸ਼ਨਾਨ ਕਰਕੇ ਸਿਹੋੜੇ ਸਾਹਿਬ ਨੂੰ ਵਾਪਸ ਆ ਜਾਈ। ਇਹ ਮੈਂ ਹਜ਼ੂਰੀ 'ਚ ਬੋਲਦਾ। ਕਹਿੰਦੇ ਸਤ ਬਚਨ ਜੀ, ਉਹ ਸਤ ਦਾ ਅਧਿਕਾਰੀ ਆਪਦੇ ਪਿਤਾ ਨੂੰ, ਉਹ ਹੋਰ ਮੈਂ ਦੇ ਚਾਚਾ ਭਿੰਦਰ ਸਿੰਘ ਉਹਦਾ ਨਾਮ ਹੈ, ਉਹਨੂੰ ਨਾਲ ਲਿਆਇਆ, ਇੱਥੇ ਰਾਤ ਕੱਟੀ, ਇਸ਼ਨਾਨ ਕਰ ਗਿਆ। ਉਦੋਂ ਬਾਅਦ ਉਹ ਫਿਰ ਗਿਆ 5-4 ਦਿਨਾਂ ਬਾਅਦ। ਮੈਂ ਕਿਹਾ ਸਣਾ ਬਾਲ ਕਿਆ? ਕਹਿੰਦਾ ਜੀ ਅੱਧ ਤਾਂ ਮੇਰਾ ਊਈਂ ਦਰਦ ਉੱਥੇ ਹੀ ਚੱਕਿਆ ਗਿਆ ਦਰਦ।
ਕਹਿੰਦਾ ਮੇਰੇ ਮਨ ਵਿੱਚ ਮੈਂ ਉੱਥੇ ਚਿਤਵ ਕੇ ਆਇਆ। ਮੈਂ ਕਿਹਾ ਫੇਰ? ਕਹਿੰਦਾ ਜੀ ਹੁਣ ਤਾਂ ਕਹਿੰਦਾ ਉੱਥੇ ਚ ਜਦ ਮੈਂ ਆ ਗਿਆ ਕਹਿੰਦਾ ਹੁਣ ਮੈਨੂੰ ਕੋਈ ਦਰਦ ਨਹੀਂ, ਕੋਈ ਬੱਟੀ ਨਹੀਂ ਲਈ ਮੈਂ, ਕੁਛ ਨਹੀਂ ਛਕਿਆ, ਬਸ ਇਸ਼ਨਾਨ ਕਰਿਆ ਆ। ਮੈਂ ਕਿਹਾ ਤਾਂ ਠੀਕ ਹੈ। ਕਹਿੰਦਾ ਮੈਂ ਜੀ ਦੋ ਦਫ਼ਾ ਜੇ ਆਗਿਆ ਦਿਓ, ਦੋ ਦਫ਼ਾ ਮੇਰਾ ਹੋਰ ਮਨ ਵਿੱਚ ਇਹ ਸੰਕਲਪ ਹੈ ਵੀ ਦੋ ਦਫ਼ਾ ਹੋਰ ਮੈਂ ਯਾਤਰਾ ਕਰਕੇ ਆਊਂਗਾ ਰਾਮਸਰ ਸਰੋਵਰ ਦੀ, ਔਰ ਭੈਣੀ ਸਾਹਿਬ ਜ਼ਰੂਰ ਜਾਊਂ। ਮੈਂ ਕਿਹਾ ਇਹ ਤੇਰੀ ਖੁਸ਼ੀ ਹੈ, ਇੱਕ ਰਾਤ ਹੀ ਕੱਟਣ ਵਾਲੇ ਦਰਦ ਚੱਕੇ ਗਿਆ। ਮੈਂ ਪਿਛਲੇ ਐਤਵਾਰ ਵੀ ਉੱਥੇ ਜਿਵੇਂ ਹੋਕਾ ਚੌਂਕੀਦਾਰ ਦਿੰਦਾ, ਮੇਰਾ ਕੰਮ ਹੀ ਇਹੀ ਹੈ ਭਾਈ ਜੀ ਦਾ ਦਰਦ ਕਿਸੇ ਡਾਕਟਰ ਤੋਂ ਵੈਦ ਤੋਂ। ਮੈਂ ਕਿਹਾ ਡਾਕਟਰ ਵੀ ਕੋਈ ਗੁੱਸਾ ਨਾ ਮੇਰਾ ਕਰ ਜਾਵੇ ਵੀ ਮੇਰੀਆਂ ਦਵਾਈਆਂ ਨਹੀਂ ਇਹ ਵਿਕਣ ਦਿੰਦਾ, ਹੈ ਬਖਸ਼ ਲਿਓ ਡਾਕਟਰ ਹੋ ਤੁਸੀਂ ਵੀ। ਪਰ ਮੈਂ ਜ਼ਰੂਰ ਕਹੂੰ ਜਿੱਥੇ ਇਹ ਇੱਕ ਰੱਬੀ ਗੁਰੂ ਦੀ ਔਰ ਰਾਮਦਾਸ ਜਿਸ ਸਰੋਵਰ ਦੀ ਧਰਤੀ ਦੀ ਇਹ ਤੀਰਥ ਦੀ ਮਹਾਨਤਾ ਵਡਿਆਈ ਹੈ, ਸ਼ਕਤੀ ਹੈ, ਉਹ ਕਹਿਣੋ ਮੈਂ ਨਹੀਂ ਹਟਦਾ। ਪਰ ਬਈ ਜੇ ਕਿਸੇ ਦਾ ਦਰਦ ਕਿਸੇ ਡਾਕਟਰ ਵੈਦ ਤੋਂ ਨਾ ਹਟੇ, ਉਹ ਰਾਮਸਰ ਸਰੋਵਰ ਵਿੱਚ ਭੈਣੀ ਸਾਹਿਬ ਰਾਤ ਉੱਥੇ ਜ਼ਰੂਰ ਕੱਟਿਓ, ਉਹ ਹਕੀਕਤ ਮੇਰੇ ਪਾਸ ਹੈ। ਔਰ ਉਦੋਂ ਬਾਅਦ ਸੁਬਹਾ ਇਸ਼ਨਾਨ ਕਰਿਓ, ਤੁਹਾਤੋਂ ਜੋ ਸਰੇ ਦੇਗ, ਇਹ ਨਹੀਂ ਕੋਈ ਬੰਨਣ ਭਾਵੇਂ ਪਤਾਸ਼ਾਂ ਦੀ ਦੇਗ ਸਹੀ, ਹੋਰ ਸਹੀ ਗੱਲ ਗੋਲਕ 'ਚ ਪਾਇਆ ਹੋ, ਜੋ ਸਰੇ ਤੁਸੀਂ ਕਰਿਓ, ਤੁਹਾਡਾ ਦਰਦ ਜਿਹੜਾ ਕਿਸੇ ਡਾਕਟਰਾਂ ਤੋਂ ਨਹੀਂ ਹਟਦਾ ਉਹ ਇੱਥੇ ਹਟ ਜਾਵੇਗਾ। ਰਾਮ ਕਿਉਂ ਨਾ ਆਵੇ, ਰਾਮ ਸਰ ਹੈ ਨਿਹਾਲ। ਲਓ ਇਹ ਮੋਹਰਾਂ ਜੈਕਾਰਿਆਂ ਦੀਆਂ ਲੱਗ ਗਈਆਂ, ਲੱਗਦੀਆਂ ਜਾਣਗੀਆਂ ਤੀਰਥ ਨਾਤਿਆਂ ਜਿੱਥੇ ਵੀ, ਉੱਥੇ ਕੀ ਮਿਲਦਾ ਆਹ ਫਲ ਮਿਲਦਾ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਔਰ ਤੀਰਥ ਨਾਤਿਆਂ ਇੱਕ ਮਹਾਂਪੁਰਸ਼ ਭਗਤ ਕਬੀਰ ਜੀ ਦੀ ਕਬੀਰ ਪੰਥੀਆਂ 'ਚ ਹੈ, ਗੁਰੂ ਗ੍ਰੰਥ ਸਾਹਿਬ 'ਚ ਨਹੀਂ, ਕਿਉਂਕਿ ਕਬੀਰ ਪੰਥੀਆਂ ਦਾ ਏਡਾ ਹੀ ਗ੍ਰੰਥ ਹੈ ਵੈਰਾਗੀ ਪੰਥ ਵਿੱਚ, ਕਬੀਰ ਪੰਥੀ ਹੈ। ਕਿਹਾ ਤੀਰਥ ਨਾਤਿਆਂ ਇੱਕ ਫਲ ਸੰਤ ਮਿਲੇ ਫਲ ਚਾਰ, ਸਤਿਗੁਰ ਮਿਲੇ ਅਨੇਕ ਫਲ ਕਹਿਤ ਕਬੀਰ ਵਿਚਾਰ। ਤੋ ਇੱਥੇ ਆਹ ਫਲ ਮਿਲਦਾ ਹੈ ਦੁੱਖਾਂ ਦੀਆਂ, ਜਿੱਥੇ ਉਹ ਦਾਰੂਆਂ ਇੱਥੇ ਲੁਕੀਆਂ ਪਈਆਂ ਨੇ, ਤੀਰਥ ਇਹੀ ਹੈ। ਆਓ ਇਸ ਤੀਰਥ 'ਤੇ ਅੱਜ ਸੰਤ ਬਾਬਾ ਮੱਲ ਸਿੰਘ ਜੀ, ਕਿਤਨੀ ਉਹਨਾਂ ਨੇ ਆਪਣੀ ਸੇਵਾ ਸਿਮਰਨ ਦਾ ਜੋ ਸੇਵਾ ਕੀਤੀ, ਸੰਤ ਬਾਬਾ ਅਤਰ ਸਿੰਘ ਮਹਾਰਾਜ ਇਸ ਧਰਤੀ ਵਿੱਚ ਨਹੀਂ ਸੰਸਾਰ ਦੇ ਹੀ ਉਹ ਅਵਤਾਰ ਆਏ, ਉਹਨਾਂ ਦੀ ਅਵਤਾਰਾਂ ਦੀ ਬਖਸ਼ੀਆਂ ਹੋਈਆਂ। ਆਪਾਂ ਬੜੇ ਪਿਆਰ ਨਾਲ ਉਹੀ ਧਾਰਨਾ ਸੰਤ ਤੀਰਥ ਸਿੰਘ ਜੀਆਂ ਦੀ ਯਾਦ ਮਨਾਈ ਅੱਜ ਸੰਤ ਬਾਬਾ ਮੱਲ ਸਿੰਘ ਜੀ ਦੀ ਸਾਲਾਨਾ ਜੋੜ ਮੇਲ, ਜਿਹਨਾਂ ਦਾ ਸਾਡੇ ਕੋਲੋਂ ਬੜੇ ਪਿਆਰ ਨਾਲ ਸ਼ਰਧਾ, ਉਹਨਾਂ ਨੇ ਸੇਵਾ ਔਰ ਜਿਸ ਪਰਿਵਾਰ ਵਿੱਚ ਵੀ ਉਹਨਾਂ ਨੇ ਪਿਛਲੇ ਦਿਨ ਕੱਟੇ, ਉਹ ਭਾਈ ਦਾ ਤਾਂ ਕਿੰਨਾ ਜੋਸ਼, ਕਿਤਨਾ ਹਿਰਦਾ, ਔਰ ਸਾਰੇ ਪ੍ਰਬੰਧਕ ਸੱਜਣ ਨਗਰ ਨਿਵਾਸੀ ਇਸ ਪਿਆਰ ਵਿੱਚ ਸਾਰੇ, ਭਾਵੇਂ ਅੱਜ ਗਰਮੀ ਦੀ ਰੁੱਤ ਬੜੀ ਤੇਜ਼ ਹੈ, ਕੰਮਾਂ ਦਾ ਵੀ ਜ਼ੋਰ ਹੈ, ਪਰ ਆ ਮਹਾਂਪੁਰਸ਼ਾਂ ਦੀਆਂ ਯਾਦਾਂ ਵਿੱਚ ਆਓ ਸੰਤ ਬਾਬਾ ਅਤਰ ਸਿੰਘ ਮਹਾਰਾਜ ਦੇ ਬਖਸ਼ਿਆ ਹੋਇਆਂ ਦਾ। ਇੱਕ ਪੀਰ ਦੇ ਮਰੀਦ ਲੱਖਾਂ ਪੀਰ ਬਣ ਗਏ, ਇੱਕ ਪੀਰ ਦੇ ਮਰੀਦ ਲੱਖਾਂ ਪੀਰ ਬਣ ਗਏ।
ਹਰ ਇੱਕ ਸੱਤ ਆਇਆ ਬਰਸਾਣੇ ਬਹੁਤ ਤੇਰੀ ਪਰਮੇਸ਼ੁਰ ਦਾ ਉਹ ਖਜ਼ਾਨਾ ਨਾਮ ਧੰਨ ਦਾ ਜੀ ਇੱਕ ਹੱਥ ਆਇਆ ਆਖਿਆ ਜਿਸ ਦਾ ਅਰਥ ਹੈ ਕਿਤਨੇ ਉਹਨਾਂ ਤੋਂ ਭਰੋਸਾ ਆ ਗਏ ਸੰਤ ਮਹਾਰਾਜ ਦੇ ਜੰਗੀ ਜਥੇ ਤੋਂ ਇਲਾਵਾ ਕਿਤਨੇ ਸਾਧੂ ਗਿਆਨੀ ਵਿਵੇਕੀ ਰਾਗੀ ਪਾਠੀ ਔਰ ਸੇਵਕ ਨਗਰਾਂ ਦੇ ਨਗਰ ਕਿਸੇ ਨਗਰ ਵਿੱਚ ਵੀ ਚਲੇ ਜਾਓ ਇੱਧਰ ਤੁਸੀਂ ਦੁਆਬੇ ਵਿੱਚ ਮਾਝੇ ਵਿੱਚ ਆ ਮਾਲਵੇ ਵਿੱਚ ਆਪ ਲੋਟਬੰਦੀ ਤਾਂ ਇੱਕ ਦਾਰੋ ਖਿਲਾਫ ਹੈ ਸੰਤ ਮਹਾਰਾਜ ਦਾ ਔਰ ਸੰਦੌੜਾਂ ਵੱਲ ਜਾਓ ਤਲੇਰਾਂ ਕੰਗਣ ਵੱਲ ਕੋਈ ਨਗਰ ਹੈ ਸਿਉੜਾ ਸਾਹਿਬ ਧਮੋਟ ਅੱਗੇ ਭੈਣ ਈਸੜੂ ਕੋਈ ਧਰਤੀ 'ਤੇ ਕੜਾਹੇ ਵੱਲ ਦਰਾਹੇ ਵੱਲ ਖੰਨਾ ਦੁਰਾਹਾ ਸਰੰਦ ਔਰ ਮਰਿੰਡਾ ਪਹਾੜੀ ਇਲਾਕੇ ਵਿੱਚ ਇਕੱਲੇ ਇਕੱਲੇ ਸੰਤ ਮਹਾਰਾਜ ਗੜਬਾ ਕਸ਼ਹਿਰਾ ਪਰਨਾ ਕੋਲੋਂ ਦਾ ਇਕੱਲਿਆਂ ਨੇ ਹੀ ਜਾ ਕੇ ਉਹਨਾਂ ਨਗਰਾਂ ਵਿੱਚ ਤੁਸੀਂ ਹੈਰਾਨ ਹੋਵੋਗੇ ਪਹਾੜੀ ਇਲਾਕੇ ਵਿੱਚ ਜਾਂਦੇ ਹਾਂ ਮਿਲਦੇ ਹਾਂ ਔਰ ਚੰਡੀਗੜ੍ਹ ਤੋਂ ਨਾਲ ਨਾਲ ਫਿਰ ਕੰਢੀ ਤੱਕ ਇਕੱਲੇ ਮਹਾਰਾਜ ਨੇ ਐਸੇ ਉੱਜਲ ਦੀਦਾਰ ਜੋ ਕੋਈ ਦਰਸ਼ਨ ਕਰ ਲੈਂਦਾ ਮੋਹਿਆ ਜਾਂਦਾ ਉਹ ਪਹਾੜੀ ਲੋਕ ਗਰੀਬ ਲੋਕਾਂ ਦੇ ਜਾ ਕੇ ਵੀ ਮਹਾਰਾਜ ਨੇ ਇੰਨੇ ਸਥਾਨ ਬਣਾਏ ਇਕੱਲਿਆਂ ਨੇ ਕੋਈ ਐਸਾ ਤੁਹਾਨੂੰ ਨਗਰ ਔਰ ਰਾਜਪੁਰੇ ਵੱਲ ਨੂੰ ਜਾਓ ਮੋਹੀਆਂ ਵੱਲ ਨੂੰ ਜਾਓ ਪੰਜ ਸੱਤ ਸਾਧੂ ਉੱਥੇ ਇਕੱਲੇ ਇਕੱਲੇ ਬੈਠੇ ਨੇ ਜਿਨ੍ਹਾਂ ਦਾ ਮੈਨੂੰ ਚੰਗੀ ਤਰ੍ਹਾਂ ਇੱਕ ਇੱਕ ਇਕੱਲਾ ਇਕੱਲਾ ਵੀ ਅਖੰਡ ਪਾਠ ਕਰ ਦਿੰਦਾ ਸੀ ਸਾਧੂ ਉੱਧਰ ਜੇ ਚੂਨੀ ਮਛਲੀ ਵੱਲ ਜਾਓ ਤੁਸੀਂ ਉਤਲੇ ਹਿੱਸੇ 'ਚ ਔਰ ਜਿੱਥੇ ਮੋਰਿੰਡੇ ਤੋਂ ਉਤਲੇ ਹਿੱਸੇ 'ਚ ਮੋਰਿੰਡੇ ਵੀ ਖੁਦ ਸੰਤ ਸੁਰਜਣ ਸਿੰਘ ਜੀ ਜਿਨ੍ਹਾਂ ਨੇ ਹਾਈ ਸਕੂਲ ਬਣਾਇਆ ਉਹ ਵੀ ਮਹਾਰਾਜ ਦੇ ਬਖਸ਼ੇ ਸੀ 101 ਸਾਲ ਦੇ ਹੋ ਕੇ ਚੜ੍ਹਾਈ ਕੀਤੀ ਸੀ ਉਹਦੇ ਨਾਲ ਗੜਾਂਗਾ ਵੀ ਸੰਤ ਨੱਥਾ ਸਿੰਘ ਔਰ ਭਾਗੋ ਮਾਜਰਾ ਜਿੱਥੇ ਸੰਤ ਗੁਰਦਿਆਲ ਸਿੰਘ ਬਾਸਮਾ ਕੜਾਮਾ ਮੋਹੀ ਇਕੱਲੇ ਇਕੱਲੇ ਸਾਧੂ ਜਿਨ੍ਹਾਂ ਦੀ ਬਰਕਤ ਇਕੱਲੇ ਇਕੱਲੇ ਅਖੰਡ ਪਾਠ ਕਰਨ ਵਾਲੇ ਸੰਤ ਮਹਾਰਾਜ ਦੇ ਇੱਥੋਂ ਬਖਸ਼ੇ ਹੋਏ ਗਏ ਸੀ ਲਖਨੌਰ ਸਾਹਿਬ ਤੱਕ ਮੈਂ ਬੇਨਤੀ ਕਰਨਾ ਤੋ ਮੈਂ ਹੁਣ ਸੰਤਾਂ ਦੇ ਕਦੋਂ ਸਾਧੂ ਸੰਤ ਕਿਸੇ ਨੂੰ ਜਦੋਂ ਚੋਟ ਲੱਗਦੀ ਹੈ ਠੋਕਰ ਲੱਗਦੀ ਹੈ ਉਹ ਕਿਸੇ ਗੁਰੂ ਪੀਰ ਮਹਾਂਪੁਰਖ ਦੇ ਫਕੀਰ ਦੇ
ਦਰਵਾਜ਼ੇ 'ਤੇ ਆ ਕੇ ਡਿੱਗ ਪੈਂਦਾ। ਪਰਮੇਸ਼ੁਰ ਦੀ ਸ਼ਰਨ ਔਰ ਮਹਾਂਪੁਰਖਾਂ ਦਾ ਆਸਰਾ ਲੈ ਲੈਣਾ ਜਿੱਥੇ ਜੀਵਨ ਮਿਲਦਾ। ਮੈਂ ਹੁਣ ਇੱਕ ਮਹਾਂਪੁਰਸ਼ਾਂ ਦੇ ਬਾਰੇ, ਸੰਤ ਮਹਾਰਾਜ ਜਿੱਥੇ ਤਪ ਕੀਤਾ ਕੋਠੋ ਹਰ ਕਲਰ ਕਨੋਆ ਗੁਜਰਾਂ ਵਾਲਾ ਨਾਲ ਹੈ, ਗੁਜਰਾਂ ਵਾਲੇ ਉਹ ਸੰਤ ਜਿਨ੍ਹਾਂ ਦੀ ਅੱਜ ਇੱਕ ਟਕਸਾਲ ਚੱਲਦੀ ਹੈ, ਮੈਂ ਉਹਨਾਂ ਦੇ ਬਾਰੇ ਕੁਛ। ਉਹ ਫੌਜ ਵਿੱਚ ਸਨ, ਕੌਣ? ਸੰਤ ਕਰਮ ਸਿੰਘ ਜੀ, ਹੋਤੀ ਮਰਦਾਨ, ਜਿਨ੍ਹਾਂ ਤੋਂ ਹੋਤੀ ਮਰਦਾਨ ਬੜਾ ਪ੍ਰਚਲਿਤ ਹੋਇਆ ਅੱਜ ਸੰਪਰਦਾ ਉਹਨਾਂ ਦੀ। ਉਹ ਸੰਤ ਫੌਜ ਵਿੱਚ ਸਨ। ਜਿਸ ਤਰ੍ਹਾਂ ਭਗਤ ਕਬੀਰ ਜੀ ਕਾਂਸ਼ੀ ਵਿੱਚ ਬੈਠੇ ਨੇ, ਹੱਲਾ ਪਿਆ 57 ਦਾ ਗਦਰ ਦਿੱਲੀ ਤੱਕ ਮਸ਼ਹੂਰ ਹੈ, 100 ਸਾਲ ਬਾਅਦ ਗਦਰ ਹੋਣਾ, 100 ਸਾਲ ਬਾਅਦ ਭਗਤ ਕਬੀਰ ਜੀ ਐਂ ਫੇਰਦੇ ਨੇ ਮਾਲਾ, ਸਿਮਰਨ ਆਪਦੇ ਸਿਮਰਨ ਵਿੱਚ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ 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 ਕਰਦੇ ਨੇ। ਹੱਲਾ ਪੈ ਗਿਆ, ਹੱਲਾ ਪਏ ਵਿੱਚ ਗਦਰ ਪੈ ਮੱਚ ਗਿਆ, ਔਰ ਜਿਹੜੇ ਜ਼ਰਵਾਣੇ ਨੇ, ਬਲੀ ਲੋਕ ਨੇ, ਜ਼ੋਰ ਵਾਲੇ ਨੇ, 5-10 ਨਾਲ ਸਨ, ਸ਼ਾਸਤਰ ਨੇ, ਉਹ ਗਰੀਬਾਂ ਦੇ ਘਰਾਂ ਨੂੰ ਲੁੱਟਦੇ ਨੇ। ਮਾਲ ਸਵਾਬ ਜਿਸ ਤਰ੍ਹਾਂ 47 ਵਿੱਚ ਦੇਖਿਆ, ਮੇਰੇ ਅੱਖੀਂ ਹਾਲ ਵਰਤਿਆ, ਹੱਲਾ ਪਿਆ, ਉਹ ਬਸ ਉਹਨਾਂ ਦੇ ਚਰਵਾਣੇ ਲੋਕਾਂ ਨੇ ਸਮਾਨ ਮਾਲ ਸਵਾਬ ਲੁੱਟ ਲੁੱਟ ਕੇ, ਗਹਿਣੇ ਇਸਤਰੀਆਂ ਔਰ ਬਰਤਨ ਵਸਤੂਆਂ, ਜੋ ਜੋ ਵੀ ਬਸਤਰ, ਚੰਗੇ ਚੰਗੇ ਨੌਜਵਾਨ ਲੜਕੀਆਂ ਔਰ ਉੱਠ ਘੋੜੇ ਬਲਦ ਮੱਝਾਂ, ਇਹ ਸਮਾਨ ਲੁੱਟ ਲੁੱਟ ਲਈ ਆਉਂਦੇ, ਮੈਂ ਅੱਖੀਂ ਦੇਖੇ। ਇਸ ਤਰ੍ਹਾਂ ਲੁੱਟ ਪਈ, ਕਿਸੇ ਨੇ ਆਖਿਆ ਭਗਤ ਕਬੀਰ ਜੀ ਤੁਸੀਂ ਅੱਖਾਂ ਮੀਚੀ ਕਾਹਨੂੰ ਬੈਠੇ ਹੋ, ਅੱਖਾਂ ਮੀਟ ਕੇ ਕੀ ਫਾਇਦਾ, ਅਸੀਂ ਲੋਕ ਲੁੱਟ ਲੁੱਟ ਲਿਆਉਂਦੇ ਹਾਂ, ਇਹੋ ਜਿਹੀ ਲੁੱਟ ਵਿੱਚ ਤੁਸੀਂ ਵੀ ਕੁਝ ਨਾ ਕੁਝ ਲੁੱਟ ਲਓ। ਪਹਿਲਾਂ ਤਾਂ ਭਗਤ ਕਬੀਰ ਜੀ ਨੇ ਸੁਣ ਕੇ ਕਿਹਾ, ਇਹ ਲੁੱਟ ਲੁੱਟੀ ਹੋਈ ਤੁਹਾਡੀ ਕਿੰਨਾ ਕੁ ਚਿਰ ਨਿਵਾਹ ਕਰੂਗੀ, ਕਿਸੇ ਦਾ 1-2-5 ਕੀ ਇਹ ਲੁੱਟ ਦਰਗਾਹ ਤੱਕ ਵੀ ਨਾਲ ਜਾਊਗੀ? ਨਹੀਂ ਐ ਸੱਜਣੋ, ਇਹ ਲੁੱਟਾਂ ਤੁਹਾਡੀਆਂ ਮਾਰੀਆਂ, ਧਨ ਦੌਲਤਾਂ ਲੁੱਟੀਆਂ ਇੱਥੇ ਹੀ ਰਹਿ ਜਾਣੀਆਂ ਨੇ, ਪਰ ਜਿਹੜੀ ਆਹ ਹੈ ਮੈਂ ਤਾਂ ਆਹ ਲੁੱਟ ਕਹਿਣਾ ਤੁਹਾਨੂੰ, ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਲੈ ਗਈ ਰਾਮ ਨਾਮ ਦੀ, ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਲੈ ਗਈ ਰਾਮ ਨਾਮ ਦੀ, ਲੁੱਟ ਲੈ ਗਈ ਰਾਮ ਨਾਮ, ਲੁੱਟ
ਪੂਜਾ ਕਰੋ ਪਕੜੋ ਕਿ ਰਾਮ ਦੇ ਨਾਮ ਦੀ ਭਾਈ ਲੁੱਟ ਲਓ ਜਿਹਨਾਂ 'ਤੇ ਲੁੱਟੀ ਜਾਂਦੀ ਹੈ ਜਿਹੜੇ ਲੁੱਟ ਗਏ ਆਪਾਂ ਉਹਨਾਂ ਦੀਆਂ ਯਾਦਾਂ ਵਿੱਚ ਬੈਠੇ ਹਾਂ ਲੁਟਾ ਗਏ ਸੰਤ ਮਹਾਰਾਜ ਆ ਲੁੱਟਾਂ ਇਹ ਆਨੰਦ ਨਾਲ ਜੀਵਨ ਦਾ ਜਿਹੜਾ ਸਾਡੇ ਵਿੱਚ ਮਹਾਂਪੁਰਸ਼ਾਂ ਤੋਂ ਜੋ ਮੈਂ ਬੋਲੇ ਸੰਤ ਮਹਾਰਾਜ ਖੁਦ ਫੌਜ ਵਿੱਚ ਰਹਿ ਕੇ ਸਾਈਟ ਪਰ ਦੱਸ ਦਿੱਤਾ ਸੀ ਜਿਹੜੇ ਸੱਜਣ ਕੋਈ ਕਰਨਲ ਸੀ ਜਰਨਲ ਬਹਾਦਰਾਂ ਤੱਕ ਬ੍ਰਿਗੇਡੀਅਰ ਅੰਗਰੇਜ਼ ਲੋਕ ਵੀ ਕੈਪਟਨ ਲੈਫਟੀਨੈਂਟ ਕੋਈ ਸੱਜਣ ਸੀ ਸੂਬੇਦਾਰ ਭਾਵੇਂ ਉਸ ਸਮੇਂ ਦੇ ਉਹਨਾਂ ਤੋਂ ਉੱਚੇ ਦੁਨਿਆਵੀ ਔਰ ਸਰਕਾਰੀ ਤੌਰ 'ਤੇ ਦਰਜੇ ਸਨ ਪਰ ਸੰਤ ਮਹਾਰਾਜ ਦਾ ਪ੍ਰਤਾਪ ਔਰ ਬੰਦਗੀ ਸਿਮਰਨ ਦੇਖ ਕੇ ਕਿਉਂ ਝੁਕਦੇ ਸਨ ਉਹ ਲੋਕ ਕੋਈ ਵੀ ਸੀ ਅੱਜ ਸੰਸਾਰ ਉਹਨਾਂ ਨੂੰ ਮਾਣ ਸੀ ਤਾਂ ਮੈਂ ਹੁਣ ਸੰਤ ਕਰਮ ਸਿੰਘ ਜੀ ਉਸ ਵੇਲੇ ਅਜੇ ਫੌਜ ਵਿੱਚ ਦਿੱਲੀ ਗਦਰ ਵਿੱਚ ਲੁੱਟ ਪਈ ਹੋਈ ਹੈ ਡਿਊਟੀਆਂ ਲੱਗ ਗਈਆਂ ਜਿਸ ਤਰ੍ਹਾਂ ਅੱਜ ਕੱਲ੍ਹ ਹੁਣ ਵੀ ਦੇਖਦੇ ਬਈ ਇੰਨੇ ਆਹ ਦੱਸਦੇ ਨੇ ਦਸ ਸਰੀਰ ਇਸ ਕੋਨੇ 'ਤੇ ਆਏ ਮੁਹੱਲੇ ਚਲੋ ਔਰ ਨਗਰ ਵਿੱਚ ਚਲੋ ਇੱਕ ਸ਼ਹਿਰ ਦੇ ਕਿਤਨੇ ਕਿਤਨੇ ਨਗਰ ਹਨ ਇਉਂ ਡਿਊਟੀਆਂ ਲੱਗ ਗਈਆਂ ਚਾਰ ਚਾਰ ਸਿਪਾਹੀ ਇਹ ਅੱਠ ਅੱਠ ਚਲੋ ਬਈ ਇੱਕ ਗਲੀ ਮੁਹੱਲੇ ਵਿੱਚ ਚਲੋ ਉਹਨਾਂ ਵਿੱਚੋਂ ਚਾਰ ਜਾਂ ਪੰਜ ਸੱਜਣਾਂ ਦੀ ਜਿਸ ਤਰ੍ਹਾਂ ਘੋੜ ਸਵਾਰ ਪੰਜ ਸੱਜਣ ਹਨ ਡਿਊਟੀ ਲੱਗ ਗਈ ਸੰਤ ਕਰਮ ਸਿੰਘ ਜੀ ਵੀ ਵਿੱਚੇ ਨੇ ਸਿਮਰਨ ਕਰਦੇ ਬੰਦਗੀ ਕਰਦੇ ਨੇ ਨਾਮ ਜਪਦੇ ਨੇ ਔਰ ਮਨ ਵਿੱਚ ਚਲੋ ਬਈ ਇਹ ਲੁੱਟ ਪਈ ਹੈ ਗਦਰ ਮੱਚਿਆ ਸ਼ਸਤਰ ਕੋਲ ਚੁੱਕੇ ਹੋਏ ਨੇ ਜਿਤਨਾ ਅਸਲਾ ਗੌਰਮੈਂਟ ਨੇ ਸਭ ਨੂੰ ਦਿੱਤਾ ਹੈ ਆਪੋ ਆਪਣਾ ਡਿਊਟੀਆਂ ਦਿਵਾਉਂਦੇ ਨੇ ਜੋ ਵੀ ਚੱਲਦਾ ਸੱਜਣ ਤੋ ਬਾਬਾ ਜੀ ਨੇ ਆਪ ਸੰਤ ਸਿਪਾਹੀ ਹੁੰਦੇ ਹੋਏ ਇੱਕ ਗਲੀ ਵਿੱਚ ਚਲੇ ਗਏ ਹੱਥ ਜੋੜੇ ਇੱਕ ਮੂਹਰੇ ਸੱਜਣ ਨੇ ਘਰ ਵਾਲਾ ਹੈ ਹੱਥ ਜੋੜ ਕੇ ਉਹ ਅੰਦਰ ਜਾ ਰਹੇ ਐਂ ਦਰਵਾਜ਼ੇ 'ਚ ਖੜ ਕੇ ਹੱਥ ਜੋੜਦਾ ਆ ਜਾਓ ਦੇਖਣ ਵਿੱਚ ਲਿਬਾਸ ਸਿੱਖ ਅਸਲਾ ਚੁੱਕਿਆ ਸ਼ਸਤਰ ਚੁੱਕੇ ਹੋਏ ਨੇ ਕੋਲ ਰਾਈਫਲ ਹੋਰ ਵੀ ਸ਼ਸਤਰ ਜੋ ਸਮੇਂ ਦੇ ਬਖਸ਼ੇ ਨੇ ਔਰ ਅੰਦਰ ਆ ਉਹ ਘਰ ਵਾਲੇ ਨੇ ਹੱਥ ਜੋੜੇ ਬੇਨਤੀ ਕੀਤੀ ਬੇਨਤੀ ਕਰਕੇ ਕੀ ਆਖਿਆ ਆ ਜਾਓ ਅੰਦਰ ਘਰ ਜਾ ਰਹੇ ਚਾਰ ਸੱਜਣਾਂ ਨੂੰ ਕਿਹਾ ਅੱਗੇ ਲੰਘ ਜਾਓ ਮੈਂ ਅੰਦਰੋਂ ਇਸ ਪਰਿਵਾਰ ਨੂੰ ਲੁੱਟ ਲੈਂਦਾ ਮਾਰ ਦਿੰਦਾ ਰਾਈਫਲ ਭਰੀ ਸੀ ਔਰ ਤਿਆਰ ਕੀਤੀ ਹੈ ਲੋੜ ਹੈ ਖਿੱਚਣ ਲੱਗੇ ਉਸ ਪ੍ਰੇਮੀ ਨੇ ਘਰ ਵਾਲੇ ਨੇ ਹੱਥ ਜੋੜੇ ਬੇਨਤੀ ਕੀਤੀ ਐ ਸਿੱਖਾ ਮੈਨੂੰ ਤੂੰ ਤੇਰਾ ਚਿਹਰਾ ਵੀ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਵਾਂਗ ਨਜ਼ਰ ਆਉਂਦਾ ਅੰਦਰ ਆ ਜਾ ਹੱਥ ਜੋੜੇ ਹੱਥ ਜੋੜ ਕੇ ਕੀ ਕਹਿ ਦਿੱਤਾ ਆਹ ਮੇਰੇ ਘਰ ਵਾਲੀ ਹੈ
ਆ ਮੇਰੀਆਂ ਦੋ ਕੁਆਰੀਆਂ ਨੌਜਵਾਨ ਲੜਕੀਆਂ ਹਨ, ਆ ਦੋ ਛੋਟੇ ਛੋਟੇ ਬੱਚੇ ਹਨ, ਹੱਥ ਜੋੜ ਦਿੱਤੇ, ਆ ਲੈ ਇੱਕ ਮਿੰਟ ਖੜ ਜਾ, ਤੇਰੀ ਲੋਡ ਰਾਈਫਲ ਕੀਤੀ ਹੋਈ ਹੈ, ਕੋਈ ਨਹੀਂ, ਔਰ ਜਿਤਨਾ ਕੋਲ ਨਕਦੀ ਹੈ ਉਹ ਵੀ ਚੁੱਕ ਲਈ, ਜੋ ਕੋਈ ਤੋਮ ਤਗਾਦਾ ਹੈ ਉਹ ਵੀ ਚੁੱਕ ਕੇ। ਸੰਤ ਕਰਮ ਸਿੰਘ ਅਜੇ ਸੰਤ ਕਦ ਬਣਦੇ ਨੇ ਸਿਮਰਨ, ਪਰ ਉਹ ਤਾਂ ਲੁਕੀ ਜੋਤ ਹੋ ਸੀ, ਕਹਿ ਦਿੱਤਾ ਆ ਪਿਆ ਸਮਾਨ ਆ ਤੇਰਾ ਹੋ ਗਿਆ, ਇਹਦੇ ਵਾਸਤੇ ਹੀ ਹੈ। ਇਹ ਬੱਚਿਆਂ 'ਤੇ ਤੂੰ ਫਿਰ ਰਾਈਫਲ ਚਲਾ ਦੀ, ਪਹਿਲਾਂ ਅਸਲਾ ਸਾਂਭ ਲੈ ਆਪ ਦਾ, ਸਾਂਭ ਲਈ ਜਰਾ, ਫਿਰ ਆ ਸਾਡੀ ਨਕਦੀ ਸਾਂਭ ਲੈ, ਤੂੰ ਕਾਹਨੂੰ ਚਲਾਉਂਦੇ। ਮੈਂ ਇੱਕ ਬੇਨਤੀ ਕਰਦਾ, ਉਹ ਘਰ ਵਾਲਾ ਕਹਿੰਦੇ ਤੇਰਾ ਚਿਹਰਾ ਗੁਰੂ ਗੋਬਿੰਦ ਸਿੰਘ ਦਾ ਰੂਪ ਨਜ਼ਰ ਆਉਂਦਾ, ਕਮਾਲ ਹੈ, ਨਜ਼ਰ ਠੀਕ ਹੈ, ਤੂੰ ਗੁਰੂ ਦਾ ਸਿੱਖ ਹੈ, ਪਰ ਗੁਰੂ ਦਾ ਸਿੱਖ ਕਦੇ ਇਸਤਰੀ 'ਤੇ ਵਾਰ ਨਹੀਂ ਕਰਦਾ ਹੁੰਦਾ। ਮੈਂ ਅਤੀਮ ਬੱਚੇ ਸਾਹਮਣੇ, ਆ ਅਤੀਮ ਹੋ ਜਾਣਗੇ, ਪਹਿਲਾਂ ਮਾਰ ਮੇਰੀ ਗੋਲੀ, ਕੋਈ ਗੱਲ ਨਹੀਂ, ਪਰ ਗੁਰੂ ਦਾ ਸਿੱਖ ਕਦੇ ਬੱਚਿਆਂ 'ਤੇ ਵਾਰ ਨਹੀਂ ਕਰਿਆ ਕਰਦਾ, ਉਹਨਾਂ ਦੀ ਜਾਨ ਨਹੀਂ ਖੋਹਦਾ ਹੁੰਦਾ। ਗੁਰੂ ਦਾ ਸਿੱਖ ਜੇ ਕੋਈ ਮੂਹਰੇ ਆਕੜਦਾ ਹੈ ਉਹ ਜੋ ਅੜੇ ਸੋ ਚੜੇ, ਮੈਂ ਤਾਂ ਅੜਿਆ ਨਹੀਂ, ਤੇਰੀ ਸ਼ਰਨ ਤੱਕਦਾ, ਤੈਨੂੰ ਗੁਰੂ ਗੋਬਿੰਦ ਸਿੰਘ ਦਾ ਰੂਪ ਸਮਝਦਾ, ਆ ਨਕਦੀ ਚੁੱਕ ਲੈ। ਕੀ ਤੂੰ ਹੁਣ ਹੱਥ ਜੋੜ ਗਈ? ਹੱਥ ਜੋੜ ਕੇ ਬੇਨਤੀ ਕੀਤੀ, ਰਾਈਫਲ ਲੋੜ ਸੀ, ਤਿਆਰ ਕਰਨ ਲੱਗੇ ਸੰਤ ਕਰਮ ਸਿੰਘ, ਜਦੋਂ ਖਿੱਚਣ ਲੱਗੇ ਨਿਸ਼ਾਨਾ, ਕਹਿਣ ਲੱਗੇ ਨਹੀਂ ਮੇਰਾ ਦਿਲ ਨਹੀਂ ਚਾਹੁੰਦਾ। ਅੱਛਾ ਆ ਸਾਂਭ ਲਿਆ, ਕਹਿੰਦਾ ਕੋਈ ਨਹੀਂ ਇਹ ਤਾਂ ਹੋ ਗਿਆ ਮੇਰਾ, ਬਣ ਗਿਆ। ਪਰ ਫਿਰ ਉਹ ਘਰ ਵਾਲਾ ਬੇਨਤੀ ਕਰਦਾ, ਆ ਮੇਰੀ ਇਸਤਰੀ ਹੈ, ਬੇਸ਼ੱਕ ਮਾਰ ਗੋਲੀ, ਕੋਈ ਗੱਲ ਨਹੀਂ, ਆ ਮੇਰੀਆਂ ਲੜਕੀਆਂ ਦੇ ਮਾਰ ਗੋਲੀ, ਇਹਨਾਂ ਨੇ ਇਹ ਦੱਸ ਤੇਰਾ ਮੈਨੂੰ, ਤੂੰ ਨਜ਼ਰ ਤਾਂ ਗੁਰੂ ਗੋਬਿੰਦ ਸਿੰਘ ਰੂਪ ਆਉਂਦਾ, ਉਹਨਾਂ ਨੇ ਕਦੀ ਇਹੋ ਜਿਹਾ ਵਾਰ ਤਾਂ ਕਿਸੇ 'ਤੇ ਕੀਤਾ ਨਹੀਂ। ਕਹਿ ਕੀ ਤੂੰ ਹੁਣ ਸਾਨੂੰ ਮਾਰਨਾ ਆਇਆ? ਉਹ ਮਾਰ, ਤੂੰ ਮਾਰਨਾ ਆਇਆ ਹੈ, ਰਹਿਮ ਆਇਆ, ਨੇਤਰਾਂ ਤੋਂ ਜਲ ਵਗਣਾ ਬੈਰਾਗ ਨਾਲ ਸ਼ੁਰੂ ਹੋ ਗਿਆ ਸੰਤ ਕਰਮ ਸਿੰਘ ਦੇ ਬੈਰਾਗ। ਕੀ ਤੂੰ ਮੈਨੂੰ ਸਾਨੂੰ ਮਾਰਨਾ ਆਇਆ ਹੈ, ਹੁਣ ਮਾਰੇਗਾ? ਜਦੋਂ ਇਹਨਾਂ ਆਖਿਆ ਬਾ ਹੰਝੂ ਬਹਿ ਤੁਰੇ, ਕਹਿੰਦੇ ਨਹੀਂ, ਅੱਛਾ ਮੇਰਾ ਧਰਮ ਹੈ ਮੈਂ ਤੁਹਾਡੀ ਰੱਖਿਆ ਕਰੂੰਗਾ, ਛਤਰੀ ਦਾ ਧਰਮ ਹੈ ਡੌਲਿਆਂ ਦਾ ਮੈਂ ਰੱਖ, ਜੇ ਮੇਰੀ ਸ਼ਰਨ ਤੱਕ ਲਈ ਮੇਰੇ ਰਾਹੀਂ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪਾਉਂਦੇ ਹੋ, ਲਓ ਮੈਂ ਤੁਹਾਡੀ ਰੱਖਿਆ। ਪਰ ਕਿਆ ਕਿੰਨਾ ਉਹਦੇ ਅੰਦਰ ਜੋ ਵੈਰਾਗ ਭਰ ਆਇਆ ਸੰਤ ਕਰਮ ਸਿੰਘ ਦੇ ਘਰ ਵਾਲੇ ਨੇ ਭਰ ਦਿੱਤਾ, ਜੇ ਮਾਰਨਾ ਹੈਗਾ ਤਾਂ ਮਾਰ ਲੈ, ਅਸਮਾਨ ਲੈ ਜਾ ਚੁੱਕ ਕੇ। ਪਰ ਇਹ ਗੱਲ ਸੰਤ ਕਰਮ ਸਿੰਘ ਨੇ ਉਸੇ ਵਕਤ ਐਂ ਡੱਟ ਕੇ, ਜਿਸ ਤਰ੍ਹਾਂ ਜੈ ਬਜੈ ਬਾਬਾ ਜੀ ਖੜੇ ਨੇ ਪਹਿਰਾ ਦਿੰਦੇ, ਅਬਾਊਟ ਹੋ ਕੇ ਦਰਵਾਜ਼ੇ ਦੇ ਬਾਹਰਲੇ ਪਾਸੇ ਖੜ ਕੇ ਕਹਿ ਦਿੱਤਾ, ਲਓ ਤੁਸੀਂ ਆਰਾਮ ਨਾਲ ਬੈਠ ਜਾਓ। ਕਿਉਂ, ਕਮਾਲ ਦੀ ਗੱਲ ਸੀ, ਵਰ ਉਪਕਾਰੀ ਗੁਰੇ ਪਿਆਰਾ, ਤੌਲ ਧਰਮ ਦਇਆ ਕਾ ਪੂਤ, ਭਈ ਸਾਰਿਆਂ ਨਾਲੋਂ ਸੱਚ ਦੇ ਬਰਾਬਰ ਕੋਈ ਤਪ ਨਹੀਂ, ਆ ਰਹਿਮ ਦੇ ਬਰਾਬਰ ਏਦੋਂ ਬੜੀ ਕੋਈ ਦਇਆ ਦੀ, ਤੌਲ ਧਰਮ ਦਇਆ ਧਰਮ ਦਾ ਇੱਕ ਸਮਝੋ, ਮਾਂ ਔਰ ਪਿਓ ਸਮਝੋ, ਤੌਲ ਧਰਮ ਦਇਆ ਕਾ ਪੂਤ, ਜਿੱਥੋਂ ਜਨਮ ਲਿਆ ਧਰਮ ਨੇ ਉਹ ਰਹਿਮ ਹੈ, ਰਹਿਮ ਹੈ, ਮਿਹਰਬਾਨ 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 ਜੀ, ਮਿਹਰਬਾਨ 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 ਜੀ, yeah।
ਗੁਰੂ ਮਿਹਰਬਾਨ ਹੈ, ਗੁਰਸਿੱਖ ਦੇ ਅੰਦਰ ਰਹਿਮ ਹੈ, ਸੰਤਾਂ ਦੇ ਅੰਦਰ ਰਹਿਮ ਹੈ। ਤੋ ਕੀ ਕਹਿ ਦਿੱਤਾ? ਅਬਾਊਟ ਖੜਕੇ ਪੈਰਾ ਖੜ ਗਏ ਉਹ ਦੇਣ ਪੈਰਾ, ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਕਿਹਾ ਭਾਈ ਜੋਗਾ ਸਿੰਘ ਦਾ ਪੈਰਾ ਦਿੱਤਾ। ਕਿਹਦੇ ਜੋਗਾ ਹੈ ਗੁਰੂ? ਕਿਹਦੇ ਪੈਰੇ ਦਿੰਦਾ ਹੈ? ਕਦੇ ਆਪਣੇ ਮਾਤਾ ਪਿਤਾ ਨਾਲ ਅਨੰਦਪੁਰੀ ਵਿੱਚ ਆਇਆ ਸੀ ਭਾਈ ਜੋਗਾ ਸਿੰਘ ਪਿਸ਼ਾਵਰ ਤੋਂ, ਹੋਰ ਵੀ ਸੰਗਤਾਂ ਆਉਂਦੀਆਂ ਗਈਆਂ ਨਮਸਕਾਰ ਕਰਦੀਆਂ। ਜਦੋਂ ਸੀਸ ਚਰਨਾਂ 'ਤੇ ਝੁਕਿਆ, ਮਹਾਰਾਜ ਨੇ ਪੁੱਛਿਆ, ਨੌਜਵਾਨਾਂ ਤੇਰਾ ਨਾਮ ਕੀ ਹੈ? ਕਹਿੰਦਾ ਮਹਾਰਾਜ ਜੋਗਾ ਸਿੰਘ। ਕਿਹਦੇ ਜੋਗਾ? ਉੱਤਰ ਦੁਬਾਰੇ ਦੇ ਦਿੱਤਾ, ਮੈਂ ਗੁਰੂ ਜੋਗਾ। ਦਸ਼ਮੇਸ਼ ਪਿਤਾ ਮੈਂ ਤੇਰੇ ਜੋਗਾ ਹਾਂ। ਹਜ਼ੂਰ ਨੇ ਫਿਰ ਤੀਜੇ ਸ਼ਬਦ ਵਿੱਚ ਕਿਹਾ, ਜੇ ਤੂੰ ਗੁਰੂ ਜੋਗਾ ਹੈ ਤਾਂ ਗੁਰੂ ਤੇਰੇ ਜੋਗਾ ਵੀ ਹੋ ਜਾਵੇਗਾ। ਕਿੰਨਾ ਹੁਸ਼ਿਆਰਪੁਰ ਤਿੰਨ ਲਾਵਾਂ ਲਈਆਂ ਸੀ, ਚੌਥੀ ਲਾਮ ਛੱਡ ਕੇ ਉਹ ਗੁਰੂ ਦੇ ਹੁਕਮ 'ਤੇ ਚੱਲਣ ਵਾਲਾ ਭਾਈ ਜੋਗਾ ਸਿੰਘ ਆਪਦਾ ਸਾਰਾ ਬਾਹਰ ਦੀ ਧਰਤੀ ਦਾ, ਜਿੱਥੇ ਸੰਤ ਮਹਾਰਾਜ ਜਿਨ੍ਹਾਂ ਦੀ ਯਾਦਾਂ ਸੰਸਾਰ ਹੀ ਮਨਾਉਂਦਾ ਹੈ, ਗੁਰੂ ਸਾਗਰ ਮਸਤਵਾਣੇ ਦੀਆਂ, ਮਹਾਰਾਜ ਨੇ ਕਾਬਲ, ਕੰਧਾਰ, ਪਿਸ਼ਾਵਰ, ਜਦੋਂ ਜੰਮੂ, ਕੁਹਾਟ ਆਦਿ ਕੋ ਛਾਉਣੀਆਂ, ਸ਼ਾਲਕੋਟ, ਕਿਧਰੇ ਸੱਖਰ, ਸਿੰਧ, ਕਿੰਨੇ ਕਿੰਨੇ ਇਲਾਕਿਆਂ ਨੂੰ ਤਾਰਿਆ ਸੰਤ ਮਹਾਰਾਜ, ਰਾਵਲ ਪਿੰਡੀ, ਕਾਬਲ, ਕੰਧਾਰ, ਪਿਸ਼ਾਵਰ, ਅੱਜ ਤਾਂ ਸਾਤੋਂ ਹਿੱਸਾ ਅਲੈਦਾ ਅਤੇ ਦੇਸ਼ ਪਾਕਿਸਤਾਨ ਦੂਜਾ ਇੱਕ ਦੇਸ਼ ਬਣਿਆ ਪਿਆ ਹੈ। ਸੰਤ ਮਹਾਰਾਜ ਵੇਲੇ ਸਭ ਪੱਧਰਾ ਸੀ ਇਲਾਕਾ, ਉਦੋਂ ਪੰਜਾਬ ਕੁਝ ਹੋਰ ਨਕਸ਼ੇ ਵਿੱਚ ਸੀ, ਅੱਜਾ ਹੀ ਪੰਜਾਬ ਹੈ। ਅੱਜ ਰਾਵੀ ਵੀ ਸਾਤੋਂ ਤੀਜਾ ਪੰਜਾਬ ਦਾ, ਪੰਜ ਆਬਾਂ ਦਾ ਅੱਜ ਹਿੱਸਾ ਬਹੁਤ ਦੂਰ ਗਿਆ। ਉਹ ਇਲਾਕੇ ਤੋਂ ਕਿੱਥੇ ਚੱਲ ਕੇ ਆਉਣਾ? ਹੁਸ਼ਿਆਰਪੁਰ ਆ ਗਿਆ ਸੀ, ਮਨ ਡੋਲ ਗਿਆ ਸੀ। ਦਸ਼ਮੇਸ਼ ਪਿਤਾ ਦਾ ਉਹ ਬਚਨ, ਆਪਦੇ ਬਿਰਦ ਦੀ ਸੰਭਾਲਣਾ ਕਰਦੇ ਨੇ, ਆਪਦੇ ਧਰਮ ਦੀ ਸੰਭਾਲਣਾ ਕਿ ਇਹ ਜਦੋਂ ਗੁਰਸਿੱਖ ਅਰਦਾਸ ਕਰਦਾ, ਬਾਣਾ ਪਹਿਨਦਾ, ਉਹਦਾ ਸ਼ਬਦ ਗੁਰੂ ਦਾ ਧਿਆਨ ਕਰਦਾ, ਫਿਰ ਕਹਿੰਦੇ ਕਿੰਨਾ ਲਿਬਾਸ ਪਾਤਸ਼ਾਹ, ਆਪਦੇ ਬਿਰਦ ਬਾਣੇ ਦੀ ਲਾਜ ਰੱਖਿਓ। ਬਿਰਦ ਬਾਣੇ ਦੀ, ਬਿਰਦ ਧਰਮ ਹੈ ਤੁਹਾਡਾ, ਮੈਂ ਤੁਹਾਡਾ ਬਾਣਾ ਪਹਿਨੇ ਹੈ। ਜੇ ਮੇਰੇ 'ਚ ਸੱਚ ਆ ਕਮਾਈ ਪੂਰੀ ਨਹੀਂ ਪੂਰੇ ਸਿੱਖਾਂ ਵਾਲੀ, ਤਾਂ ਤੁਸੀਂ ਬਾਣੇ ਦੀ ਤਾਂ ਲਾਜ ਰੱਖ ਲਿਓ ਨਾ। ਬਾਣੀ ਪੜ੍ਹਦੇ ਹਾਂ, ਬਾਣੀ ਬਾਣੇ ਦੀ ਲਾਜ ਰੱਖ ਲਿਓ। ਜਿਹੜਾ ਬਾਣੀ ਵੀ ਪੜ੍ਹਦਾ ਉਹ ਵੀ ਅਰਦਾਸ ਕਰਦਾ, ਗੁਰੂ ਦਾ ਬਾਣਾ ਵੀ ਪਾਉਂਦਾ ਹੈ ਉਹ ਵੀ ਅਰਦਾਸ ਕਰਦਾ, ਸੱਚੇ ਪਾਤਸ਼ਾਹ ਅੰਗ ਸੰਗ ਸਹਾਈ ਹੋਇਓ ਜਿੱਥੇ ਕਿੱਥੇ ਵੀ, ਪਰ ਬਿਰਧ ਬਾਣੇ ਦੀ ਲਾਜ ਰੱਖ ਲਿਓ। ਅੱਜ
आप चौकीदार होके पहरा देवे सारी रात, तो क्यों नहीं गुरु दशमेश पिताजी अपने भाई जोगा सिंह प्यारे दा बिरद दी बिरद नाम धर्म दी सुनाणा दा आप राखा बन के आप चौकीदार बन के पहरा दे रहे हन, क्यों नहीं भाई पहरा देवेगा। तो गुरसिखी दी एहो निशानी, जेड़ा गुरु दे मार्ग ते चलण वाला सिख है ओदी भी एहो ही निशानी है, जिथे संत करम सिंह ऐ कर गए। एगो का निशानी गुरसिखी, एगो का निशानी भाई गुरसिखी, एगो गुरसिखी जी। अज संत महाराज की कमाई सदियों का इतिहास और सदा अमर है। जदों भी ए गुरबाणी या पोथी गुटका प्रकाश करो, जिस तरह पोथी अमृत दात गुरबाणी दी मिलदी है, जदों भी संत महाराज नू याद करो, वह सदा ही अमर हन, सदा ही प्रकाश रूप हन। संतां भगतां महापुरशां दे जीवन दा जो आनंद माणन वास्ते असी कुछ सिख्या भी लैनी है, याद भी मनानी है, और उत्थी फिर साढ़े जीवन विच कुछ असर भी होवे, पहरा दिंदे ने, और जिन्हां दे अंदर रहम आया, धर्म आया बिरद बाणी दी और गुरु दशमेश दे सरूप दी अंदर थां बनी, एक घर वाले ने मिंत तरला करके पता नहीं उस संत करम सिंह दे हिरदे विच की ऐसी अणिया वाला तीर बाणी दा, जिस तरह गुरबाणी दा या गुरु साहब सिख साधु असी पढ़ते हाँ हर प्रेम बाणी मन मारिया, पर उस सज्जन ने निम्रता ते मिठी बाणी नाल गुरु दशमेश गुरसिख दा वास्ता पाया कि जिहड़ा पूरा गुरसिख है वह कदे इस्त्री ते बार नहीं करदा, वह मासूम बच्चियां ते बार नहीं करदा। जिहड़ा कोई सिख शेर बबर शेर दी शरण जा डिगे वह उसकी जान नहीं कढ़दा। कह दिता सी घर वाले ने कि सिखा हुण तू सानू मारेगा, उदों यथरू जल हंजुआं दा इक हार बन गया नेत्रां विच अबाउट, और गली विच खड़ गया दरवाजे मूहरे। हाँ जी, जो कोई साथी संगी आउंदे ने सिपाही और जितने भी सज्जन आर्मी दी
ਡਿਊਟੀ ਲੱਗੀ ਸੀ, ਮਾਰੋ ਮਾਰੋ ਹੋ ਰਹੀ ਸੀ, ਫੜ ਲਓ, ਮਾਰ ਦਿਓ, ਲੁੱਟ ਲਓ। ਪੁੱਛਦਾ ਕੋਈ ਕਰਮ ਸਿੰਘ, ਹੈਲੋ ਕਰਮ ਸਿੰਘ, ਕੋਈ ਹੋਰ ਸੱਜਣ, ਕਿਉਂ ਇਹ ਕਾਰਵਾਰ ਲੁੱਟ ਲਿਆ? ਉੱਥੇ ਕੀ ਕਹਿ ਦਿੰਦੇ ਹਨ, ਹਾਂ ਲੁੱਟ ਲਿਆ, ਅੰਦਰ ਚਾਰ ਜਾਣੇ ਗਏ ਨੇ, ਕੋਈ ਚਾਰ ਪੰਜ ਗਏ ਸੀ, ਐਂ ਵੀ ਕਹਿ ਦਿੰਦਾ, ਹਾਂ ਮੈਂ ਲੁੱਟ ਲਿਆ, ਚਲੋ ਅੱਗੇ ਚਲੋ ਅੱਗੇ। ਦਿਨ ਲੰਘ ਗਿਆ, ਰਾਤ ਲੰਘੀ, ਦੋ ਦਿਨ ਖੜ ਕੇ ਪਹਿਰਾ ਦਿੱਤਾ, ਦੂਸਰੀ ਰਾਤ ਫਤਿਹ ਹੋ ਗਈ, ਐਲਾਨ ਹੋ ਗਿਆ ਲੜਾਈ ਬੰਦ ਕੀਤੀ ਜਾਵੇ, ਗਦਰ ਬੰਦ ਕੀਤਾ ਜਾਵੇ। ਬਈ ਤੀਸਰੇ ਦਿਨ ਜਿਵੇਂ ਜੋ ਜੋ ਸਮਾਂ ਸੀ, ਖੁਸ਼ਹਾਲਤ ਕੁਛ ਵਰਤ ਗਈ, ਟਕਾ ਹੋ ਗਿਆ, ਅਮਨ ਹੋ ਗਿਆ, ਤੀਸਰੇ ਦਿਨ ਸਭ ਜੋ ਆਰਡਰ ਆਇਆ, ਫਲਨ ਇਕੱਠੇ ਹੋ ਜਾਓ, ਆਲੇ ਦੁਆਲੇ ਪਹਿਰਾ ਲੱਗ ਜਾਊ ਦਿੱਲੀ ਦੇ। ਸੰਤ ਕਰਮ ਸਿੰਘ ਜੀ ਨੂੰ ਆਪਣੀ ਆਰਮੀ ਵਿੱਚ ਫਾਲਨ ਹੋਣਾ ਪਿਆ, ਹਾਜ਼ਰੀਆਂ ਲਵਾਈਆਂ, ਕਿਤਨੇ ਚੜ੍ਹਾਈ ਕਰ ਗਏ ਗਦਰ ਵਿੱਚ, ਕਿਤਨੇ ਕੁ ਬਚ ਗਏ। ਕੈਂਪ ਵਿੱਚ ਚਲੇ ਜਾਣਾ, ਅਤੀਮ ਲੋਕ ਵੀ ਇਕੱਠੇ ਨੇ, ਪਹਿਰੇ ਦਿੱਤੇ। ਦੋ ਚਾਰ ਦਿਨ ਹੋਰ ਲੰਘ ਗਏ, ਪਰ ਹੁਣ ਹਫ਼ਤਾ ਹੋ ਗਿਆ ਸਮਝੋ, ਫਤਿਹ ਹੋ ਚੁੱਕੀ ਹੈ, ਲੁੱਟਾਂ ਮਾਰਾਂ ਮਾਰਨ ਵਾਲੇ ਲੰਘ ਗਏ। ਉਸ ਤੋਂ ਬਾਅਦ ਫੌਜੀ ਸਿੰਘਾਂ ਨੂੰ ਕੋਈ 15-20 ਦਿਨ ਬਾਅਦ ਛੁੱਟੀਆਂ ਮਿਲਣੀਆਂ ਸ਼ੁਰੂ ਹੋ ਗਈਆਂ, ਜਿਸ ਤਰ੍ਹਾਂ ਚੀਨ ਦੀ ਜੰਗ ਲੱਗੀ ਸੀ ਆਪਣੇ ਦੇਖਦਿਆਂ। ਦੋ ਦਫ਼ਾ ਪਾਕਿਸਤਾਨ ਨਾਲ ਜੰਗ ਲੱਗ ਚੁੱਕੀ ਹੈ, ਫਿਰ ਜੰਗ ਤੋਂ ਬਾਅਦ ਅਮਨ ਹੋਣ ਤੋਂ ਬਾਅਦ ਫੌਜੀ ਸਿੰਘਾਂ ਨੂੰ ਘਰਾਂ ਨੂੰ ਤੋਰਿਆ ਜਾਂਦਾ ਹੈ, ਛੁੱਟੀਆਂ ਦਿੱਤੀਆਂ ਜਾਂਦੀਆਂ ਨੇ, ਜਾਓ ਆਪੋ ਆਪਣੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ, ਘਰ ਵਾਲਿਆਂ ਨੂੰ ਮਿਲਿਆ ਆਵੋ। ਹੁਣ ਇਸ ਤਰ੍ਹਾਂ ਸੰਗੀ ਸਾਥੀ ਵੀ ਸਭ ਨੂੰ ਛੁੱਟੀਆਂ ਹਫ਼ਤੇ ਹਫ਼ਤੇ, ਦੋ ਦੋ ਹਫ਼ਤੇ ਦੀ, ਕਿਸੇ ਨੂੰ ਮਹੀਨੇ ਦੀ ਐਂ ਛੁੱਟੀਆਂ ਮਿਲਦੀਆਂ ਨੇ। ਆਪੋ ਆਪਣੇ ਬਿਸਤਰੇ ਬੰਨ ਕੇ ਜੋ ਸਮਾਨ ਹੈ ਕੋਈ ਲੈ ਕੇ ਜਾਣ ਦਾ ਜਾਂਦੇ ਹਨ। ਬਾਰੀ ਆ ਗਈ ਸੰਤ ਕਰਮ ਸਿੰਘ ਜੀ ਦੀ, ਕਹਿਣ ਲੱਗੇ ਲੈ ਕਰਮ ਸਿੰਘ ਆਪ ਵੀ ਛੁੱਟੀ ਜਾਇਆ ਵੋ, ਦੋ ਹਫ਼ਤੇ ਦੀ ਛੁੱਟੀ ਤੁਹਾਨੂੰ ਮਿਲ ਗਈ 15 ਦਿਨ ਵਾਸਤੇ, ਕਿਉਂ ਕੋਈ ਪਤਾ ਨਹੀਂ ਹੁੰਦਾ ਲੜਾਈ 'ਚ ਕਿਸ ਮਾਂ ਦਾ ਪੁੱਤਰ ਉੱਥੇ ਸ਼ਹੀਦ ਹੋ ਜਾਏ, ਕੌਣ ਬਚੇਗਾ, ਇਹ ਤਾਂ ਪਰਮੇਸ਼ਰ ਦੇ ਹੱਥ ਡੋਰੀ ਹੈ। ਪਰ ਸੰਤ ਕਰਮ ਸਿੰਘ ਚਲੇ ਆਏ, ਆਪਣੀ ਜੀ ਛੁੱਟੀ ਮਿਲੀ, ਚਲੋ ਜੀ ਅੰਮ੍ਰਿਤਸਰ ਲਾਹੌਰ ਰੇਲਵੇ, ਆਖਿਰ ਆਪ ਗੁਜਰਾਂ ਵਾਲੇ, ਟਾਂਗਾ ਲਿਆ, ਘਰ ਜਾਣਾ ਹੈ, ਪਰ ਆਪ ਪੈਦਲ ਚਲੇ ਗਏ। ਅੱਗੇ ਜਾ ਕੇ ਆਪਣੀ ਗਲੀ ਔਰ ਘਰ ਨੇੜੇ ਆ ਗਿਆ, ਇਕੱਲੇ ਹੀ ਤੁਰੇ ਜਾਂਦੇ ਨੇ, ਕੋਲ ਕੋਈ ਬਿਸਤਰਾ ਨਹੀਂ, ਕੋਈ ਬੈਗ ਨਹੀਂ, ਹੋਰ ਕੋਈ ਬਸਤਰ ਨਹੀਂ, ਸਿਰਫ ਇੱਕ ਛੋਟਾ ਜਿਹਾ ਝੋਲਾ ਹੈ, ਉਹਦੇ ਵਿੱਚ ਕੀ ਹੈ, ਗੜਬਾ ਹੋ ਗੜਬਾ ਜਲ ਹੈ, ਸਾਧੂਆਂ ਵਾਲਾ ਬਾਣਾ, ਇਹ ਨਹੀਂ ਕਿ ਫੌਜੀ ਹੈ, ਔਰ ਇੱਕ ਕਸ਼ਹਿਰਾ ਭਰਨਾ ਤੌਲੀ ਹੈ। ਸ਼ਬਦ ਦੇ ਮਾਰੇ ਰਾਜੇ ਜੋਗੀ ਬਣ
ਸ਼ਬਦ ਦੇ ਮਾਰੇ ਸ਼ਬਦ ਕੀ ਤਾਸੋ ਗੁਰੂ ਮੈਂ ਦਾਸ। ਕਿਸੇ ਨੂੰ ਬਾਣੀ ਦਾ ਬਾਣ ਲੱਗਦਾ, ਕੋਈ ਮਹਾਂਪੁਰਸ਼ ਬਾਣ ਮਾਰਦਾ, ਗੁਰੂ ਬਾਣ ਮਾਰਦੇ ਨੇ, ਉਦੋਂ ਸਿੱਖ ਦੇ ਅੰਦਰ ਜੋਗ ਕਮਾਉਣ ਵਾਲੀ ਭਗਤੀ ਵਾਲੀ ਲਹਿਰ ਪੈਦਾ ਹੋ ਜਾਂਦੀ ਹੈ, ਬੈਰਾਗ ਪੈਦਾ ਹੋ ਜਾਂਦਾ ਹੈ। ਨਿਹਾਰ ਧਿਆਨ ਨਾਲ ਸੁਣਦੇ ਹੋ ਆਪ ਹੁਣ, ਮਾਂ ਦਾ ਮਿਲਣਾ ਠੀਕ ਹੈ, ਹੱਦ ਤੱਕ ਹੈ ਦੁਨਿਆਵੀ ਪੱਧਰ 'ਤੇ ਮਾਤਾ। ਕਿ ਭਾਈ ਮੈਂ ਹੁਣ ਥੋੜ੍ਹਾ ਜਿਹਾ ਬਾਬਾ ਜੀ ਦੇ ਇਤਿਹਾਸ ਨਾਲ ਮਿਲਦਾ ਵੀ ਅੱਗੇ ਇਸ ਦੇ ਨਾਲ ਇੱਕ ਹੋਰ ਟੌਪਿਕ ਵਸਤੂ ਆਊਗੀ। ਮਾਂ ਨੇ ਕਿਹਾ ਪੁੱਤਰ ਬਿਸਤਰਾ ਕੋਲ ਨਹੀਂ ਤੇਰੇ, ਸਮਾਨ ਕਿਸੇ ਹੋਰ ਟਾਂਗੇ ਵਿੱਚ ਹੈ ਤੇਰਾ? ਕਹਿੰਦੇ ਨਹੀਂ ਮਾਤਾ, ਆ ਛੋਟਾ ਜਿਹਾ ਝੋਲਾ ਹੈ, ਕੀ ਹੈ ਇਹਦੇ ਵਿੱਚ? ਕੋਈ ਟੂਮ ਤਗਾਦਾ ਲੁੱਟਾਂ ਵਿੱਚੋਂ ਆਏ, ਗਹਿਣੇ ਨੇ ਕਿਸੇ ਦੇ ਨਹੀਂ, ਗਹਿਣਾ ਕੀ ਸੀ, ਕਸ਼ਹਿਰਾ ਪਰਨਾ ਤੌਲੀ ਹੈ ਉਹਦੇ ਵਿੱਚ। ਮਾਂ ਫਿਰ ਦੇਖਦੀ ਹੈ, ਐ ਪੁੱਤਰ ਕਿਸੇ ਹੋਰ ਸਾਥੀ ਨੂੰ ਟਾਂਗੇ 'ਤੇ ਸਮਾਨ ਲਿਆਇਆ ਉਵੇਂ, ਕਿਉਂਕਿ ਮੈਂ ਵੀ ਫੌਜੀ ਸਿੰਘ ਆਉਂਦੇ ਜਾਂਦੇ ਦੇਖੇ ਐਸੀ ਤਰ੍ਹਾਂ ਸੱਜਣਾ ਦੀ। ਮੈਂ ਇੱਕ ਟੂਕ ਮਾਤਰੇ ਬੋਲਦਾ, ਮਾਵਾਂ ਪਰਿਵਾਰ ਕਈ ਫੌਜੀ ਸਿੰਘ 12-12 ਸਾਲ ਬਾਅਦ ਸਿਉੜੇ ਨਗਰ ਵਿੱਚ ਵੀ ਘੇਰਿਆਂ 'ਚੋਂ ਬਾਹਰੋਂ ਆਏ, ਉਹਨਾਂ ਨੂੰ ਬੈਂਡਾਂ ਨਾਲ ਲੈ ਕੇ ਆਉਣ ਦਾ ਮੈਂ ਆਪ ਅੱਖੀਂ ਦੇਖਿਆ ਕਿ ਇੰਨੇ 12 ਸਾਲ ਬਾਅਦ ਇਹ ਪਤਾ ਨਹੀਂ ਕਿਹੜੇ ਘੇਰਿਆਂ ਵਿੱਚੋਂ ਆਏ। ਮਾਂ ਫਿਰ ਪੁੱਛਦੀ ਹੈ, ਪੁੱਤਰ ਤੂੰ ਐਵੇਂ ਝੂਠ ਤਾਂ ਨਹੀਂ ਬੋਲਦਾ? ਕਿ ਨਹੀਂ ਮਾਤਾ, ਮੈਂ ਝੂਠ ਨਹੀਂ ਬੋਲਦਾ। ਕਰਮ ਸਿੰਘ ਕਹਿ ਰਹੇ ਨੇ, ਤੇਰੇ ਕੋਲ ਬੈਗ ਨਹੀਂ, ਕੋਈ ਹੋਰ ਸਮਾਨ ਨਹੀਂ, ਕੋਈ ਫਲ ਨਹੀਂ, ਕੋਈ ਮਿਠਾਈ ਨਹੀਂ, ਕੋਈ ਗਹਿਣਾ ਨਹੀਂ ਹੈ, ਨਾ ਤੇਰੇ ਕੋਲ ਬਿਸਤਰ ਹੈ, ਨਾ ਚੰਗਾ ਬਸਤਰ ਹੈ, ਆਹੀ ਕੁਛ ਹੈ। ਮਾਂ ਫਿਰ ਗੱਲ ਨਾ ਲਾਇਆ, ਫਿਰ ਦੱਸ ਦੇ ਸੱਚ ਗੱਲ ਪੁੱਤਰ। ਕਹਿੰਦੇ ਮਾਂ ਕੀ ਚਾਹੁੰਦੀ ਹੈ? ਕਹਿੰਦੀ ਫਲਾਣੇ ਦਾ ਪੁੱਤਰ ਆਇਆ,
ਉਹ ਇੰਨੇ ਗਹਿਣੇ ਲਿਆਇਆ, ਫਲਾਣੇ ਦਾ ਪੁੱਤਰ ਆਇਆ, ਇੰਨੇ ਵਸਤਰ ਚੰਗੇ ਚੰਗੇ, ਇਹ ਗਦਰ ਚੋਂ, ਹੱਲਿਆਂ ਚੋਂ, ਲੜਾਈ ਚੋਂ ਇੰਨਾ ਸਮਾਨ ਲਿਆਇਆ, ਬਿਸਤਰੇ ਲਿਆਇਆ, ਸਮਾਨ ਚੰਗੇ ਚੰਗੇ, ਤੋ ਇਹਨਾਂ ਜਿਹੀਆਂ ਵਸਤੂਆਂ ਜਿਹੜੀਆਂ ਲੁੱਟਾਂ ਮਾਰਾਂ ਦੀਆਂ ਨੇ ਉਹ ਲੈ ਕੇ ਆਏ ਨੇ, ਤੂੰ ਕੀ ਲੈ ਕੇ ਆਏ? ਉੱਤਰ ਮਿਲਿਆ, ਮਾਂ ਮੈਂ ਕੀ ਆਖਾਂ, ਤੂੰ ਮੈਨੂੰ ਝੂਠੇ ਪਦਾਰਥ ਜਿਹੜੇ ਚਾਰ ਕੁ ਦਿਨ ਇਹ ਚਾਰ ਰੁਪਈਏ ਚੱਲਣੇ ਨੇ, ਇਹ ਗਹਿਣਿਆਂ ਨੇ ਇੱਥੇ ਹੀ ਰਹਿ ਜਾਣੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮਾਂ ਤੂੰ ਗਹਿਣੇ ਪੁੱਛਦੀ ਹੈ, ਮਾਂ ਤੂੰ ਵਸਤਰ ਪੁੱਛਦੀ ਹੈ, ਤੂੰ ਹੋਰ ਬਗਾਨਿਆਂ ਦਾ ਲੁੱਟਿਆ ਮਾਰ ਕੁੱਟ ਦਾ ਧਨ ਪੁੱਛਦੀ ਹੈ, ਜੇ ਇੱਥੇ ਹੀ ਰਹਿ ਜਾਣਾ, ਇਹ ਇੱਥੇ ਹੀ ਰਹਿਣ ਵਾਲਾ, ਧਾਰਨਾ ਵੀ ਪੜ ਲੈਣੀ ਹੈ, ਮਾਂ ਜਿਹੜੀਆਂ ਝੂਠੀਆਂ ਵਸਤੂਆਂ ਨੇ ਤੂੰ ਉਹ ਪੁੱਛਦੀ ਹੈ ਮੇਰੇ ਕੋਲੋਂ, ਸਭ ਇੱਥੇ ਹੀ ਰਹਿ ਜਾਣਾ, ਰੂਪ ਧਨ ਕੱਪੜਾ, ਰੂਪ ਧਨ ਕੱਪੜਾ, ਇੱਥੇ ਹੀ ਰਹਿ ਜਾਣਾ, ਰੂਪ ਧਨ ਕੱਪੜਾ, ਰੂਪ ਧਨ ਕੱਪੜਾ, ਪੜ੍ਹਨ ਵਾਲੇ ਗੁਰਸਿੱਖ ਮਾਂ ਨੂੰ ਕਿਹਾ, ਮਾਂ ਤੂੰ ਝੂਠੀਆਂ ਵਸਤੂਆਂ ਪੁੱਛਦੀਆਂ, ਪਰ ਇੱਕ ਗੱਲ ਸੁਣ, ਤੈਂ ਮੇਰੇ ਵਾਸਤੇ ਨਹੀਂ ਪੁੱਛਿਆ ਵੀ ਇਹ ਪੁੱਤਰ ਸ਼ੁਕਰ ਹੈ ਤੂੰ ਕਿਵੇਂ ਬਚ ਕੇ ਆ ਗਿਆ, ਤੈਂ ਮੇਰੀ ਹਾਲ ਚਾਲ ਦੀ ਗੱਲ ਮੇਰੇ ਵਾਸਤੇ ਕੁਛ ਨਹੀਂ ਪੁੱਛਿਆ, ਨਾ ਤੈਂ ਹੋਰ ਪਦਾਰਥਾਂ ਤੋਂ ਬਿਨਾਂ ਮੇਰੀ ਸੁੱਖ ਕੀ ਮਨਾਈ ਹੋਊਗੀ? ਕਹਿਣ ਲੱਗੇ, ਮਾਂ ਮੈਂ ਹੁਣ ਨਹੀਂ ਕਰ ਰਿਹਾ, ਸੰਤਾਂ ਦਾ ਜੀਵਨ ਹੈ, ਇੱਥੋਂ ਠੋਕਰ ਲੱਗੀ। ਆ ਮੇਰੇ ਸਾਥੀ ਇੱਕ ਭਗਤ ਸੰਤ ਕਰਤਾਰ ਸਿੰਘ ਜੀ, ਮੈਨੂੰ ਇਹਨਾਂ ਦੇ ਜੀਵਨ ਵਿੱਚ ਅਸੀਂ ਇਕੱਠੇ ਰਹੇ 40 ਸਾਲ ਦੀ ਗੱਲ ਕਰ ਰਿਹਾ ਮੈਂ, ਉਸ ਵੇਲੇ ਦੇ ਇਕੱਠੇ ਕਈ ਸਾਲ ਵਿਚਰੇ ਬਾਹਰ, ਕਈ ਸਾਲ, ਇਹਨਾਂ ਦੇ ਜੀਵਨ ਦਾ ਮੈਨੂੰ ਪਤਾ, ਇਹਨਾਂ ਨੇ ਘਰ ਕਿਉਂ ਛੱਡਿਆ ਸੀ, ਦੁਆਬਾ ਇਲਾਕਾ, ਇਹਨਾਂ ਦੇ ਭਰਾ ਸੰਤ ਕਲਿਆਣ ਸਿੰਘ ਜੀ ਬ੍ਰਹਮ ਗਿਆਨੀ ਹੋਏ, ਵੇਦਾਂਤੀ, ਇੱਕ ਮਹਾਂਪੁਰਸ਼ਾਂ ਦੇ ਨਾਲ ਰਹਿੰਦੇ ਸੀ, ਮੈਟ੍ਰਿਕ ਕੀਤੀ ਹੋਈ, ਮੈਟ੍ਰਿਕ ਉਹਨਾਂ ਨੇ ਉਸ ਵੇਲੇ, ਔਰ ਜਿਹੜੇ ਸਰਦਾਰ ਕੁੰਦਨ ਸਿੰਘ ਜੀ, ਉਹਨਾਂ ਦਾ ਜੀਵਨ ਆਊ ਸੰਤ ਬਾਬਾ ਜੀ ਨਿਧਾਨ ਸਿੰਘ ਜੀਆਂ ਨਾਲ ਦੁਆਬੇ ਵਿੱਚ, ਸੰਤ ਬਾਬਾ ਆਤਰ ਸਿੰਘ ਜੀਆਂ ਦੀ ਵੀ ਉਹ ਸੇਵਾ ਕਰਦੇ ਦੁਆਬੇ 'ਚ, ਇਹਨਾਂ ਦੇ ਉਹ ਚਾਚੇ ਪਿਤਾ ਜੀ ਸਨ ਜਿਹੜੇ ਸੰਤ ਮਹਾਰਾਜ ਦੀ ਸੰਭਾਲਣਾ, ਇੱਕ ਮਹਾਂਪੁਰਸ਼ਾਂ ਨੂੰ ਬਿਊਕ ਗੱਡੀ ਉਹਨਾਂ ਨੇ ਉਸ ਵੇਲੇ ਲਿਆਂਦੀ 8 ਸਿਲੰਡਰੀ। ਮੈਂ ਜੀਵਨ 'ਚ ਅੱਧੀ ਸਦੀ ਤੋਂ ਉਤਲੇ ਹਿੱਸੇ ਦੀਆਂ ਜਾਂ 60 ਸਾਲ ਦਾ ਜਾ ਜੀਵਨ, ਇਹਨਾਂ ਨੂੰ ਠੋਕਰ ਲੱਗੀ, ਕਿਉਂ ਮੈਂ ਘਰ ਬਾਰ ਛੱਡਿਆ, ਕਿਉਂ ਫਕੀਰ ਹੋਏ ਨੇ, ਇਵੇਂ ਜਿਵੇਂ ਜੀਵਨ ਵੀ, ਇਹਨਾਂ 'ਚੋਂ ਸੱਜਣ ਹੈ ਕੋਈ ਜਿਹਨੂੰ ਠੋਕਰ ਲੱਗੀ ਹੋਵੇ? ਠੋਕਰ ਲੱਗੀ ਤੋਂ ਘਰ ਛੱਡ ਕੇ ਆਉਣਾ ਕਿ ਮੈਂ ਵੈਰਾਗ ਕਿਉਂ ਲਿਆ, ਮੈਂ ਯੋਗ ਕਿਉਂ ਲਿਆ, ਕਿਉਂ ਤਿਆਗ ਕਰਕੇ ਆਹ ਬਾਣਾ ਪਹਿਨੇ ਆ? ਫਿਰ ਮੈਂ ਇਸ 'ਤੇ ਬੋਲਦਾ, ਸੰਤ ਕਰਮ ਸਿੰਘ ਕਹਿ ਰਹੇ ਨੇ, ਬੇਬੇ ਮਾਤਾ ਜੀ ਤੂੰ ਝੂਠੀਆਂ ਵਸਤੂਆਂ ਪੁੱਛਦੀ ਸੀ, ਮੇਰੇ ਵਾਸਤੇ ਤੇਰੇ ਕੋਲ ਕੋਈ ਥਾਂ ਨਹੀਂ, ਮੇਰੇ ਗੁਰੂ ਦੀ ਕੋਈ ਗੱਲ ਨਹੀਂ ਕੀਤੀ ਵੀ ਪੁੱਤਰ ਤੂੰ ਨਾਮ ਜਪਿਆ, ਕੋਈ ਜ਼ਿੰਦਗੀ ਕਿਵੇਂ ਬਚੀ ਤੇਰੀ, ਤੂੰ ਕਿਵੇਂ ਆਪਦੇ
ਜੀਵਨ ਨੂੰ ਸੰਭਾਲ ਕੇ ਚਲਿਆ ਆ। ਕਈ ਲੋਕ, ਕਈ ਸੱਜਣ ਸ਼ਹੀਦ ਹੋ ਗਏ ਉਸ ਜੰਗ ਵਿੱਚ। ਮਾਂ ਆ ਸਾਂਭ ਆਪਣਾ ਘਰ, ਮੈਂ ਹੁਣ ਨਹੀਂ ਰਹਿੰਦਾ, ਨਾ ਮੈਂ ਤੈਂ, ਮੈਂ ਤੇਰਾ ਮਿਲਾਪ ਹੋਇਆ, ਮੈਨੂੰ ਤੈਂ ਬੁੱਕਲ ਵਿੱਚ ਲੈ ਕੇ, ਕੋਈ ਦੁੱਧ ਨਹੀਂ ਪੁੱਛਿਆ, ਕੋਈ ਮੇਰੀ ਜ਼ਿੰਦਗੀ ਦਾ ਸੁੱਖ ਦਾ ਸਮਾਂ ਨਹੀਂ ਪੁੱਛਿਆ, ਔਰ ਦੁੱਖ ਤੂੰ ਕਿਵੇਂ ਪੁੱਤਰ ਕੱਟ ਕੇ ਆਏ, ਤੈਨੂੰ ਪਦਾਰਥਾਂ ਦੀ ਪਈ ਹੋਈ ਹੈ। ਕਿਆ ਹੋਤੀ ਤਿਰਗ ਮਾਤ ਪਿਤ ਸਨੇਹਿਅੰ, ਇਹ ਸੰਸਕ੍ਰਿਤੀ ਦਾ ਇੱਕੋ ਹੀ ਟੂਕ ਮੈਂ ਬੋਲਿਆ। ਇਹੀ ਜੀ ਮਾਂ ਦਾ ਤਿਰਗ ਕਿਹਾ ਹੈ ਗੁਰੂ ਮਹਾਰਾਜ ਜੀ, ਗੁਰੂ ਅਰਜਨ ਦੇਵ ਜੀ ਨੇ। ਇਹੀ ਜੀ ਮਾਂ ਦਾ ਸਨੇਹ ਤਿਰਗ ਹੈ। ਹੁਣ ਕਿੱਥੇ ਗੁਰਦੇਵ ਮਾਤਾ, ਇੱਥੇ ਤਿਰਗ ਕਿਉਂ ਕਿਹਾ? ਸਵਾਲ ਸੀ। ਛੱਡਦੇ ਉਸ ਮਾਂ ਨੂੰ ਜਿਹੜੀ ਮਾਂ ਤੁਹਾਨੂੰ ਭਗਤੀ ਦੇ, ਰਾਮ ਦੇ ਨਾਮ ਦੇ ਰਸਤੇ 'ਤੇ ਨਹੀਂ ਚੱਲਣ ਦਿੰਦੀ, ਕੋਈ ਦੋਸ਼ ਨਹੀਂ। ਕਈ ਦਫ਼ਾ ਪੜ੍ਹਿਆ ਭਰਤ ਰਾਜ ਮਾਤਾ ਤਜੋ, ਭਰਤ ਰਾਜ ਨੇ ਆਪਣੀ ਮਾਂ ਨੂੰ ਕਿਉਂ ਛੱਡ ਦਿੱਤਾ? ਜਿਹੜੀ ਮਾਂ ਆਖੇ ਇੱਕ ਅਵਤਾਰ ਨੂੰ, ਕਹਿ ਦੇਵੇ ਇਹਨੂੰ 14 ਸਾਲ ਦਾ ਬਣਵਾਸ ਦੇ ਦਿਓ, ਭਰਤ ਨੂੰ ਰਾਜ ਦੇ ਦਿਓ। ਭਰਤ ਨੇ ਆਖਿਆ ਮੈਂ ਮਾਂ ਨੂੰ ਛੱਡ ਦਿਉਂ, ਪਰ ਭਗਵਾਨ ਰਾਮ ਜੀ ਦੇ ਚਰਨਾਂ ਨੂੰ ਨਹੀਂ ਛੱਡੂੰਗਾ ਮੈਂ। ਇੱਕ ਦਿਨ ਵਾਲਮੀਕ ਜੀ ਤਾੜਵੀ ਸਨ, ਲੋਕਾਂ ਦੇ ਜਿਵੇਂ ਲੁੱਟਦਾ ਹੀ ਚੱਲਿਆ, ਮੇਰੇ ਉਹ ਦਾ ਦ੍ਰਿਸ਼ਟਾਂਤ 'ਚ ਵਸਤੂ ਯਾਦ ਆ ਗਈ। ਕੌਣ ਹੈ ਹੋਏ ਕਿਸ ਦੇ ਤਨ, ਦੌਲਤਾਂ, ਵਸਤਰ, ਕੱਪੜੇ ਲੁੱਟ ਲੈਣੇ। ਇੱਕ ਦਿਨ ਦਿਨੀ ਇਹੋ ਜਿਹਾ ਆਇਆ, ਆਉਂਦੇ ਜਾਂਦੇ ਰਾਹੀ ਲੁੱਟੇ ਬੜੇ, ਪਰ ਨਾ ਅੱਜ ਸਿਰਫ ਇੱਕ ਰਾਹੀ ਦੇ ਕੋਲੋਂ 4 ਕੌਡਾਂ ਮਿਲੀਆਂ, 4 ਕੌਡਾਂ। ਸ਼ਾਮ ਵੀ ਪੈ ਗਈ, ਕੋਈ ਰਾਹੀ ੜਿੱਕੇ ਨਾ ਆਇਆ, ਨਾ ਲੁੱਟਿਆ ਮਾਰਿਆ ਗਿਆ, ਕੁੱਟਿਆ ਨਾ ਗਿਆ, ਮਾਰਿਆ ਨਾ ਗਿਆ, 4 ਕੌਡਾਂ ਲੈ ਕੇ ਘਰ ਆ ਗਿਆ। ਔਰ ਆ ਕੇ ਅੱਗੇ ਖੁਸ਼ੀਆਂ ਨਾਲ ਕਹਿ ਦਿੰਦਾ, ਲੈ ਮਾਂ, ਘਰ ਵਾਲਿਆਂ ਨੂੰ ਵੀ ਆ ਲਓ, ਇੰਨੇ ਰੁਪਈਏ ਲੁੱਟੇ ਨੇ, ਆ ਸੋਹਣੇ ਸੋਹਣੇ ਵਸਤਰ ਮੈਂ ਲਾ ਕੇ, ਲਹਾ ਕੇ, ਕੁੱਟ ਮਾਰ ਕੇ ਲਿਆਇਆ, ਆ ਸਾਂਭ ਲਓ, ਅੱਜ ਸਿਰਫ 4 ਕੌਡਾਂ ਸੀ। ਉਹਨੂੰ ਲੁਕੋ ਲਿਆ ਗੀਜੇ 'ਚ ਆਪਦੇ ਪਾ ਕੇ, ਅਫਸੋਸ 'ਚ ਆਇਆ। ਬਿਰਤੀ ਖਿਆਲ ਖੁਸ਼ੀਆਂ ਵਾਲੇ ਨਹੀਂ, ਨਿਰਾਸ਼ਤਾ ਵਿੱਚ ਨੇ, ਔਰ ਇੱਕ ਮੰਜੀ 'ਤੇ ਪੈ ਗਿਆ। ਬਾਲਵੀਕ ਨੂੰ ਮਾਂ ਪੁੱਛਣ ਆਈ, ਐ ਬੱਚਾ ਅੱਗੇ ਤੂੰ ਤਾੜਵੀ ਲੁੱਟਾਂ ਮਾਰਾਂ, ਤਾੜੇ ਮਾਰ ਮਾਰ ਕੇ ਬੜਾ ਧਨ ਲਿਆਉਣੇ, ਵਸਤਰ ਲਿਆਉਣੇ, ਹੋਰ ਬਭੂਤੀ ਕੋਈ ਕਿਸੇ ਦੀ ਹੱਥ ਆ ਜਾਵੇ ਉਹ ਲਿਆਉਣੇ, ਅੱਜ ਤੈਂ ਕੋਈ ਵਸਤੂ ਨਹੀਂ ਲਿਆਂਦੀ, ਤੂੰ ਅੱਜ ਨਿਰਾਸ਼ਤਾ ਵਿੱਚ ਹੈ, ਵੀ ਬਿਮਾਰ ਹੋ ਗਿਆ, ਤੈਨੂੰ ਕੋਈ ਤਕਲੀਫ ਹੈ, ਅੱਜ ਮੰਜੀ 'ਤੇ ਕਿਉਂ ਪੈ ਗਿਆ? ਜਵਾਬ ਦਿੱਤਾ, ਮਾਤਾ ਮੈਨੂੰ ਕੋਈ ਬੁਖਾਰ ਨਹੀਂ ਚੜਿਆ, ਮੈਨੂੰ ਕੋਈ ਤਕਲੀਫ ਨਹੀਂ, ਫਿਰ ਤੂੰ ਕਿਉਂ ਪਿਆ? ਫਿਰ ਕੋਈ ਸਮਾਨ ਨਹੀਂ ਲਿਆਂਦਾ? ਕਹਿਣ ਲੱਗਿਆ, ਮਾਂ ਮੈਨੂੰ ਅਫਸੋਸ, ਅੱਜ ਜਿਹੜੀ ਉਪਜੀਵਿਕਾ ਵਾਸਤੇ ਮੈਂ ਕੰਮ ਕਰਦਾ ਸੀ, ਅੱਜ 4 ਕੌਡਾਂ ਹੀ ਮਿਲੀਆਂ ਨੇ, ਮੇਰਾ ਦਿਲ ਟੁੱਟ ਗਿਆ, ਪਰ ਨਹੀਂ ਹੁਣ ਨਹੀਂ ਮੈਂ ਇਹ ਕੰਮ ਕਰਦਾ। ਫਿਰ ਮਾਂ ਨੇ ਕਿਹਾ, ਨਹੀਂ ਪੁੱਤਰ, 4 ਕੌਡਾਂ ਇਹ ਤਾਂ ਬਹੁਤ ਹੀ ਕੀਮਤ ਜ਼ਿਆਦਾ ਹੈ ਇਹਦੀ। ਉਹਨੇ ਹੋਰ ਸਲਾਹ ਦੇਖੀ ਕਿਤੇ, ਕਹਿੰਦਾ ਮੈਂ ਨਹੀਂ ਹੁਣ ਕੰਮ ਕਰਨਾ, ਜੇ ਕੱਲ੍ਹ ਨੂੰ 4 ਕੌਡਾਂ ਮੈਨੂੰ ਮਿਲੀਆਂ ਭੁੱਖੇ ਮਰ ਜਾਵਾਂਗੇ, ਮੈਂ ਤਾਂ ਕੱਲ੍ਹ ਪਰਸੋਂ ਤੋਂ ਆਪਣੀ ਕਿਰਤ ਕਰਨੀ ਸ਼ੁਰੂ ਕਰ ਦੇਣੀ ਹੈ ਧਰਮ ਦੀ।
ਮਾਂ ਕਹਿੰਦੀ ਦੇਖੀ ਕਿਤੇ ਪਰਮਾਤਮਾ ਨਾ ਬਣ ਜੀ, ਸਾਡੇ ਪੱਲੇ ਕੁਝ ਨਹੀਂ ਪੈਣਾ। ਕੁਦਰਤੀ ਦੂਸਰੇ ਦਿਨ ਸੰਤਾਂ ਦਾ ਮਿਲਾਪ ਹੋ ਗਿਆ। ਬਿਰਥਾ ਜਾਵੇ ਨਾ ਮਿਲਾਪ ਕਦੇ ਸੰਤਾਂ ਦਾ। ਪਰ ਅੱਜ ਮਾਂ ਨੇ ਕਹਿੰਦੀ ਚਾਰ ਕੌਡਾਂ ਲਿਆ ਪੁੱਤਰ, ਜੇ ਤੂੰ ਨਹੀਂ ਜਾਂਦਾ ਮੈਂ ਹੀ ਵੇਚ ਲਿਆਉਂਦੀ ਹਾਂ, ਵੇਚ ਕੇ ਸਮਾਨ ਲਿਆਉਂਦੀ ਹਾਂ, ਇਹਦੇ ਨਾਲ ਤਾਂ ਆਪਣਾ ਪੂਰਾ ਡੰਗ ਅੱਜ ਦਾ ਘਰ ਦਾ ਸਾਰਾ ਸਰ ਜਾਣਾ, ਤੂੰ ਦਿਲ ਨਾ ਤੋੜ, ਤੂੰ ਇਹ ਤਾੜ ਵੀ ਬਣਿਆ ਹੀ ਰਹਿ। ਪਰ ਨਹੀਂ, ਸ਼ਾਸਤਰ ਕਹਿੰਦਾ ਉਹ ਦੂਸਰੇ ਦਿਨ ਸੰਤ ਮਿਲ ਗਏ, ਸੰਤਾਂ ਦਾ ਮਿਲਾਪ, ਸਾਧੂ ਬਣਾਉਣ ਵਾਲਾ ਸੀ, ਪਰਮਾਤਮਾ ਬਣਾਉਣ ਵਾਲਾ ਸੀ। ਦੂਸਰੇ ਦਿਨ ਸੰਤਾਂ ਨੇ ਉਹ ਕਿਹਦੀ ਖਾਤਰ ਆ ਕੁਝ ਕਰਦੇ ਰੋਕ ਲਏ ਸੰਤ, ਕੱਲ ਦਾ ਹੀ ਬੰਨ ਟੁੱਟਿਆ ਹੋਇਆ ਸੀ, ਸੰਤਾਂ ਨੂੰ ਵੀ ਰੋਕ ਲਿਆ, ਕੀ ਹੈ ਤੁਹਾਡੇ ਕੋਲ ਸੰਤੋ, ਆ ਕਫਨੀਆਂ ਨੇ, ਮਾਲਾ ਹੈ, ਆ ਕਮੰਡਲ ਫੜੇ ਨੇ, ਕੁਛ ਤਾਂ ਆਵੇ ਗਈ ਇਹਨਾਂ ਦਾ। ਪਰ ਸੰਤਾਂ ਨੇ ਕਿਹਾ ਇਹ ਮਾਲਾ ਕੀ ਕਰੇਗਾ, ਕਹਿੰਦਾ ਵੇਚੂੰਗਾ ਮੈਂ, ਆ ਕਫਨੀਆਂ ਸਾਡੀਆਂ ਕੀ ਕਰੇਗਾ, ਤਾਂ ਫਕੀਰਾਂ ਦੇ ਪਾਈਆਂ ਨੇ ਕਫਨੀਆਂ, ਕਫਨੀ ਰੂਪ ਹੈ, ਤੂੰ ਕੀ ਕਹਿੰਦਾ ਵੇਚੂੰਗਾ, ਫਿਰ ਵੇਚ ਕੇ ਕਹਿੰਦਾ ਘਰਦਿਆਂ ਨੂੰ ਪਾਲੂੰਗਾ, ਮਾਂ ਪਿਓ ਇਸਤਰੀ ਪੁੱਤਰ ਨੂੰ ਪਾਲੂੰਗਾ ਮੈਂ, ਮੇਰਾ ਕੰਮ ਹੈ। ਸੰਤਾਂ ਨੇ ਕੀ ਕਿਹਾ ਸੀ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤਧਾਰਾ ਪੈ ਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੈ ਜਾ। ਪਰ ਨਹੀਂ, ਉਹ ਔਖਾ ਹੋਵੇਗਾ, ਸੰਤਾਂ ਨੇ ਕਿਹਾ ਜਾ ਕੁਛ ਵੀ ਹੈ, ਪਰ ਇਹਨਾਂ ਦਾ ਫਲ ਤੈਨੂੰ ਜ਼ਰੂਰ ਭੁਗਤਣਾ ਪਊਗਾ, ਇਹ ਕਰਨੀ ਦਾ ਫਲ ਜਾ। ਔਖਾ ਹੋਵੇਗਾ ਕਰਨੀਆਂ ਪਰ ਛੱਡ ਦੇ ਗਾਫਲਾ ਕਿਉਂ ਹੋਵੇ ਦਿਲਗੀਰ, ਤੈਨੂੰ ਲੋਹੇ ਵਾਂਗੂ ਤਾਣਗੇ, ਤੇਰੀ ਗੱਲ ਵਿੱਚ ਪੈਣ ਜੰਜੀਰ, ਸੰਗਲ ਪਾਪਾ ਖਿੱਚਣਗੇ ਮਾਰਾਂ ਕੁੱਟਾਂ, ਪਰ ਇਹ ਗੱਲ ਤੂੰ ਕਿਸਦੇ ਵਾਸਤੇ ਕਰਦੇ। ਪਰ ਇਸ ਪਿਆਰ ਵਿੱਚ ਅਸੀਂ ਬੈਠੇ ਹਾਂ। ਵਾਲਮੀਕ ਨੂੰ ਦੂਸਰੇ ਦਿਨ ਮਹਾਂਪੁਰਸ਼ਾਂ ਨੇ ਕਿਹਾ ਜਾ, ਜਿਹੜਾ ਇੰਨਾ ਕਰਦੇ ਪਰਪੰਚ ਮਾਰਦੇ, ਠੱਗੀਆਂ ਮਾਰਦੇ, ਕੁੱਟਾਂ ਮਾਰਾਂ ਕਰਦੇ, ਇਹ ਲੇਖੇ ਦੇਣੇ ਪੈਣਗੇ, ਜਿਨ੍ਹਾਂ ਦੀ ਖਾਤਰ ਤੂੰ ਆਹ ਕੁਛ ਕਰ ਰਹੇ ਹੈ, ਜਿਨ੍ਹਾਂ ਲਈ ਦੀਨ ਗਵਾਉਣੇ ਤੂੰ, ਉਹਨਾਂ ਨੇ ਤੇਰੇ ਸਾਥ ਨਹੀਂ ਜਾਣਾ। ਕਹਿੰਦੇ ਕਿਉਂ ਨਹੀਂ, ਮੇਰੀ ਹਾਮੀ ਭਰ ਜਾ। ਪੁੱਛਿਆ, ਪੁੱਛਣ ਗਏ ਮਾਂ ਨੂੰ ਵੀ, ਘਰ ਵਾਲੀ ਪਰਿਵਾਰ ਤੱਕ, ਕਿਹਦੇ ਖਾਤਰ ਕਰਦੇ।
ਲੈ ਕੇ ਅੱਗੇ ਪੁੱਛਣਗੇ, ਸੰਤ ਮਿਲ ਗਏ ਮੈਨੂੰ ਕਿ ਤੁਸੀਂ ਮੇਰੇ ਨਾਲ ਦੁੱਖ ਮਨਾਓਗੇ। ਜਵਾਬ ਜਵਾਬ ਭਾਵ ਸਭ ਨੇ ਦੇ ਦਿੱਤਾ ਸੀ, ਮਾਂ ਨੇ ਵੀ, ਪਰਿਵਾਰ ਨੇ ਵੀ, ਬੱਚਿਆਂ ਧੀਆਂ ਪੁੱਤਰਾਂ ਨੇ ਵੀ, ਨਹੀਂ ਇਹਦਾ ਫਲ ਤੂੰ ਹੀ ਭੁਗਤੇਗਾ, ਸਾਨੂੰ ਤਾਂ ਬੈਠ ਕੇ ਛਕਣਾ, ਇਹੀ ਸਾਡਾ ਤੇਰਾ ਪਾਲਣਾ ਧਰਮ ਹੈ, ਅਸੀਂ ਨਹੀਂ ਤੈਨੂੰ ਇਹ ਕੁਛ ਕਰਨ ਵਾਸਤੇ ਹਾਮੀ ਭਰਦੇ। ਵਾਪਸ ਆਇਆ ਸੀ, ਸੰਤਾਂ ਦੀ ਸ਼ਰਨ ਡਿੱਗਿਆ ਸੀ ਕਿ ਅੱਜ ਤੋਂ ਮੈਂ ਇਹ ਪਰਿਵਾਰ ਦਾ ਖਹਿੜਾ ਛੱਡ ਦਿੱਤਾ। ਰਾਮ ਰਾਮ ਦੀ ਥਾਂ ਸੰਤਾਂ ਤੋਂ ਉਪਦੇਸ਼ ਲਿਆ, ਨਾਮ ਲਿਆ, ਮਰਾ ਮਰਾ ਸ਼ਬਦ ਉਲਟਾ ਦਿੱਤਾ। ਇਹਦੇ 'ਤੇ ਵਿਦਵਾਨਾਂ ਦੇ ਵਿਚਾਰ ਨੇ, ਮੈਂ ਸੌਖੇ ਤੋਂ ਸੌਖਾ ਸ਼ਬਦ ਪਿਆਰ ਵਿੱਚ ਵਰਤਿਆ। ਫਿਰ ਕਿਤਨਾ ਸਮਾਂ ਸਿਮਰਨ ਕੀਤਾ, 12 ਸਾਲ। ਉਸ ਤੋਂ ਬਾਅਦ ਮਹਾਂਪੁਰਸ਼ਾਂ ਨੇ ਕਿਵੇਂ ਆ ਕੇ ਉਹਨੂੰ ਬਿਰਮੀ ਲੱਗੀ ਤੋਂ ਕੱਢਿਆ ਸੀ, ਕੀ ਰੂਪ ਹੋਇਆ ਹੋਇਆ ਸੀ ਵਾਲਮੀਕ ਜੀ ਦਾ, ਜਿਹਨੂੰ ਸੰਤਾਂ ਦਾ ਸੰਗ ਮਿਲਿਆ, ਮਾਤਾ ਪਿਤਾ ਸਭ ਛੱਡ ਦਿੱਤੇ। ਅਤੇ ਅੱਜ ਮੈਂ ਬੋਲ ਰਿਹਾ ਜੋ ਸੰਤ ਕਰਮ ਸਿੰਘ ਤੇਰੇ ਮਾਤਾ ਪਿਤਾ ਦਾ ਪ੍ਰੇਮ, ਬਈ ਭਰਤ ਰਾਜ ਮਾਤਾ ਤਜੋ, ਪਿਤਾ ਤਜੋ ਪ੍ਰਹਿਲਾਦ, ਪ੍ਰਹਿਲਾਦ ਨੇ ਆਪਦਾ ਪਿਓ ਕਿਉਂ ਛੱਡਿਆ? ਉਹ ਮਾਂ ਨੂੰ ਤਜ ਦਿਓ, ਪਿਓ ਨੂੰ ਛੱਡ ਦਿਓ ਜਿਹੜੀ ਤੁਹਾਨੂੰ ਰੱਬ ਦੇ, ਗੁਰੂ ਦੇ ਧਰਮ ਦੇ ਮਾਰਗ ਤੋਂ ਰੋਕਦੀ ਹੈ। ਬੇਸ਼ੱਕ ਛੱਡ ਦਿਓ, ਕੋਈ ਦੋਸ਼ ਨਹੀਂ ਹੈ। ਜਿਹੜੀ ਜੋੜੇ ਮਾਂ ਮਰੀਅਮ ਵਾਂਗੂ ਬਾਬਾ ਫਰੀਦ ਨੂੰ ਜੋੜਿਆ, ਧਰੂ ਨੂੰ ਜੋੜਿਆ, ਔਰ ਮਾਤਾ ਢਾਈਏ ਹੋਈਆਂ ਹਨ ਗੋਪੀ ਚੰਦ ਨੂੰ, ਮੈਨਾ ਬੰਤੀ ਮਾਂ ਨੇ ਇਹ ਰੱਬ ਦੇ ਰਸਤੇ 'ਤੇ ਭਗਤੀ ਕਰਨ ਵਾਸਤੇ ਤੋਰਿਆ ਸੀ, ਤਿੰਨਾਂ ਮਾਵਾਂ ਦਾ ਅੱਧਾ ਹਿੱਸਾ ਰਹਿ ਗਿਆ, ਡੇਢ ਡੇਢ, ਕਿਉਂ ਜਦੋਂ ਭਗਤੀ ਕਰਨ ਵਾਸਤੇ ਤਿੰਨੇ ਪੁੱਤਰ ਚਲੇ ਗਏ ਤਾਂ ਪਿੱਛੋਂ ਮਾਂ ਪਛਤਾਉਂਦੀ ਹੈ ਕਿ ਪਤਾ ਨਹੀਂ ਮੇਰਾ ਪੁੱਤਰ ਭੁੱਖਾ ਹੋਊ, ਪਿਆਸਾ ਹੋਊਗਾ, ਕਿਤਨਾ ਦੁੱਖ ਕੱਟਦਾ ਹੋਊਗਾ। ਬਿਰਲਾਪ ਕੀਤਾ, ਪਹਿਲਾਂ ਪੂਰਨ ਮਾਂ ਰਹੀ, ਜਦੋਂ ਬਿਰਲਾਪ ਔਰ ਮੋਹ ਵਿੱਚ ਆ ਗਈਆਂ ਇਹ ਤਿੰਨੇ ਮਾਵਾਂ, ਉਹਨਾਂ ਦਾ ਅੱਧਾ ਅੱਧਾ ਹਿੱਸਾ ਕੱਟਿਆ ਗਿਆ, ਅੱਧੀਆਂ ਅੱਧੀਆਂ ਤਿੰਨਾਂ 'ਚੋਂ ਡੇਢ, ਇੱਕ ਸਾਰੇ ਜਗਤ ਦੀ ਮਾਂ ਹੈ, ਢਾਈ ਮਾਵਾਂ ਕੁੱਲ ਹੋਈਆਂ ਹਨ। ਧਨ ਜਿਹੜੇ ਦੀ ਮਾਂ ਆਏ ਸਫਲ ਸੀ, ਉਹ ਮਾਵਾਂ ਧਨ ਨੇ ਜਿਹੜੀਆਂ ਆਪਣੇ ਪੁੱਤਰਾਂ ਨੂੰ ਭਗਤੀ ਕਰਨ ਵਾਸਤੇ ਜੋੜਦੀਆਂ ਹਨ। ਜਨਨੀ ਜਨੈ, ਤੁਲਸੀ ਜੀ ਨੇ ਕਿਹਾ ਤਾਂ ਭਗਤ ਜਨ, ਹੇ ਮਾਂ ਜਨਨੀ, ਜੇ ਤੈਂ ਸੰਤਾਨ ਪੈਦਾ ਕਰਨੀ ਹੈ ਇੱਥੇ, ਤਾਂ ਕੀ ਤੇਰੇ ਖੂਨ ਵਿੱਚ ਤੇਰੀ ਸੰਤਾਨ ਔਲਾਦ ਵਿੱਚ ਇਹ ਤਫੀਕ ਹੋਵੇ, ਤਿੰਨ ਗੁਣ ਹੋਣ? ਕਿਹੜੇ ਕਿਹੜੇ ਭਾਈ? ਜਨਨੀ ਜਨੇ ਤੋਂ ਭਗਤ ਜਨ, ਇਹ ਭਗਤੀ ਕਰਨ ਵਾਲਾ ਪਹਿਲ ਹੈ। ਕਹਿ ਦਾਤਾ ਕਹਿ ਦਾਨ ਦਰ ਜਾਂ, ਦਾਨੀ ਹੋਵੇ, ਦਾਨ ਕਰਨ ਵਾਲੇ ਕਰਨ ਦੀ ਕਥਾ ਹੈ, ਪਰ ਦਸ਼ਮੇਸ਼ ਪਿਤਾ ਵਾਂਗ ਪੁੱਤਰਾਂ ਦੇ ਦਾਨ ਕਰ ਦੇਣੇ, ਮਾਂ ਦਾ ਦਾਨ ਕਰ ਦਿੱਤਾ ਪਿਤਾ ਦਾ ਕਿਸ ਵਾਸਤੇ? ਤਿਲਕ ਜੰਜੂ ਰਾਖਾ ਪ੍ਰਭਤਾ ਕਹਿ, ਇਹ ਜਿਹੜੇ ਰੋਂਦੇ ਨੇ, ਬਿਰਲਾਪ ਕਰਦੇ ਨੇ ਕਸ਼ਮੀਰੀ ਪੰਡਿਤ, ਔਰ ਧਰਮ ਦੀ ਰੱਖਿਆ ਵਾਸਤੇ, ਆਪਣੇ ਦੇਸ਼ ਦੀ ਕੌਮ ਦੀ ਰੱਖਿਆ ਵਾਸਤੇ ਇਹੋ ਜਿਹੇ ਦਾਨੀ ਹੋ ਜਾਣਾ? ਉਹ ਮਾਂ ਧੰਨ ਮਾਤਾ ਗੁਜਰੀ ਸਾਹਿਬ, ਰੋਜ਼ ਹੁਣ ਵੀ ਅਰਦਾਸ ਉੱਥੇ ਕਰਕੇ ਚੱਲੇ ਹਾਂ, ਇਹ ਠੰਡੇ ਬੁਰਜ ਵਾਲੀ ਹੇ ਮਾਤਾ ਗੁਜਰੀ ਸਾਹਿਬ, ਜਿੱਥੇ ਸ਼ਬਦ ਸਰੂਪ ਵਿੱਚ ਸਮਾਏ ਹੋ, ਬੇਨਤੀ ਕਰਕੇ ਚੱਲਿਆ ਕਿ ਪੈਣੀ ਸਾਹਿਬ ਪਹੁੰਚਣੇ, ਆਪ ਰੱਖਿਆ ਕਰਿਓ ਉਹ ਮਾਂ ਨੂੰ ਵੀ। ਬਾਬੇ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਤੁਹਾਡੀ ਭੂਮੀ ਵਿੱਚੋਂ ਪੈਣੀ ਸਾਹਿਬ ਨੂੰ ਦੀਵਾਨ ਕਰਨ ਚੱਲੇ ਹਾਂ, ਬੋਲੋ ਸਤਨਾਮ। ਇਹ ਸੱਚੀ ਬੇਨਤੀ ਕਰ ਰਿਹਾ ਮੈਂ ਮਾਤਾ ਗੁਜਰੀ ਸਾਹਿਬ ਦੇ ਬੁਰਜ ਨੂੰ, ਮੁੜ ਮੁੜ ਚੋਏ ਤੇ ਵੀ ਆ ਗਏ ਤਾਂ ਵੀ ਅਸੀਂ ਝੁਕਦੇ ਹੀ ਆਏ ਨੇ ਕਿ ਚੱਲੇ ਹਾਂ ਪੈਣੀ ਸਾਹਿਬ ਨੂੰ। ਧੰਨ ਜਾਨਣੀ
ਲੋ ਭਾਈ ਚਾਰ ਕੌਡਾਂ ਤੋਂ ਬੈਰਾਗ ਲੱਗਣਾ ਔਰ ਕਿਸੇ ਨੇ ਸੰਤਾਂ ਨੇ ਹਾਮੀ ਪੁੱਛਿਆ ਭਰੀ ਹੈ ਬਾਲਵੀ ਕਹਿੰਦੇ ਨਹੀਂ ਸੰਤੇ ਬਣ ਗਿਆ ਸੰਤ ਕਰਮ ਸਿੰਘ ਉੱਥੇ ਹੀ ਮਾਂ ਨੂੰ ਛੱਡਿਆ ਏ ਪਰਿਵਾਰ ਛੱਡਿਆ ਏ ਗੁਜਰਾਂ ਵਾਲਾ ਪਿੰਡ ਜਿੱਥੇ ਮਹਾਰਾਜ ਨੇ ਤਪ ਕੀਤਾ ਏ ਸੰਤ ਉੱਥੇ ਦੇ ਹੀ ਹੋਏ ਕਰਮ ਸਿੰਘ ਹੋਤੀ ਮਰਦਾਨ ਮੁੜ ਫੌਜ ਚ ਆ ਗਏ ਬਈ ਕਰਮ ਸਿੰਘ ਮੁੜ ਉਹ ਸੱਜਣ ਜੋਟੀਦਾਰ ਮਿੱਤਰ ਤੂੰ ਤਾਂ ਛੁੱਟੀ ਨੀ ਕੱਟੀ ਫੌਜੀਆਂ ਨੂੰ ਤਾਂ ਮਸਾਂ ਛੁੱਟੀ ਮਿਲਦੀ ਹੈ ਉਹ ਇਸ ਤੋਂ ਬਾਅਦ ਓਵਰ ਟਾਈਮ ਵੀ ਲਾ ਲੈਂਦੇ ਨੇ ਉਹਨਾਂ ਦੀਆਂ ਗੈਰ ਹਾਜ਼ਰੀਆਂ ਪੈਂਦੀਆਂ ਕੋਰਟ ਗਾਰਦ ਚੱਲਦੇ ਨੇ ਅੱਠ ਅੱਠ ਪੰਦਰਾਂ ਪੰਦਰਾਂ ਦਿਨ ਮਹੀਨਾ ਮਹੀਨਾ ਤੂੰ ਜਲਦੀ ਮੁੜੇ ਆਇਆ ਘਰ ਆਰਾਮ ਨਹੀਂ ਕੀਤਾ ਦੱਸ ਦਿੱਤਾ ਮੈਂ ਨਹੀਂ ਕੀਤਾ ਆਰਾਮ ਬਾਬੇ ਉਹ ਸਿਮਰਨ ਮੈਂ ਜੀਵਨ ਮਹਾਂਪੁਰਸ਼ਾਂ ਦਾ ਬੜਾ ਪਹਿਲਾਂ ਜਾਂ ਬਚਪਨ ਵਿੱਚ ਸੀ ਇਨ ਸਕੂਲ ਲਾਈਫ ਦੀ ਗੱਲ ਕਰਦਾ ਮੇਰੇ ਅੰਦਰ ਉਦੋਂ ਦਾ ਥਾਂ ਬਣਿਆ ਸੀ ਮਹਾਰਾਜ ਨੇ ਰਾਤ ਦੇ 9 ਵਜੇ ਤੋਂ ਮੈਂ ਅੰਦਰ ਇਹੀ ਸੰਤ ਬਾਬਾ ਆਤਰ ਸਿੰਘ ਜੀ ਦਾ ਮਹਾਰਾਜ ਵੱਡਿਆਂ ਦਾ ਰੇਰੂ ਸਾਹਿਬ ਵਾਲਿਆਂ ਦਾ ਵੀ ਇਹ ਜੀਵਨ ਕਿ ਉੱਥੇ ਰੋਜ਼ ਸਾਡਾ ਕੀਰਤਨ ਦਾ ਆਨੰਦ ਹੁੰਦਾ ਸਾਖੀਆਂ ਸੁਣਦੇ ਹੀ ਰਹਿੰਦੇ ਸੀ ਮਹਾਰਾਜ ਦੇ ਜੀਵਨ ਦੀਆਂ ਝਲਕਾਂ ਬਜ਼ੁਰਗਾਂ ਤੋਂ ਫਿਰ ਦਿਲ ਵਿੱਚ ਆਉਣਾ ਵੀ ਭਾਵੇਂ ਪੜ੍ਹਦੇ ਹਾਂ ਪਰ ਜੇ ਫੌਜ ਵਿੱਚ ਚਲੇ ਜਾਈਏ ਨਾ ਉੱਥੇ ਡਿਸਿਪਲਿਨ ਹੈ ਉੱਥੇ ਟਾਈਮ ਟੇਬਲ ਦੇ ਮੁਤਾਬਕ ਉੱਥੇ ਜੀਵਨ ਚੱਲਦਾ ਹੇ ਮਨਾ ਜੇ ਫੌਜ ਵਿੱਚ ਵੀ ਚਲੇ ਜਾਈਏ 9 ਵਜੇ ਗਿਣਤੀ ਤੋਂ ਬਾਅਦ ਸੰਤ ਕਰਮ ਸਿੰਘ ਜੀ ਦਾ ਇੱਕ ਬਾਹਰ ਦਰਿਆ ਦੇ ਕਿਨਾਰੇ ਤੇ ਚੌਂਤਰਾ ਬਣਾਇਆ ਸੀ ਉਹਨਾਂ ਨੇ ਜਾ ਕੇ ਚੌਂਕੜਾ ਲੈ ਲੈਣਾ 2 ਵਜੇ ਤੱਕ 5 ਘੰਟੇ ਸਿਮਰਨ ਕਰਨਾ 2 ਵਜੇ ਉੱਠ ਕੇ 3 ਵਜੇ ਇਸ਼ਨਾਨ ਔਰ ਨਿਤਨੇਮ ਕਰਨਾ ਉਦੋਂ ਬਾਅਦ ਆਪਦੀ ਸਰਕਾਰੀ ਡਿਊਟੀ ਤੇ ਹਾਜ਼ਰ ਹੋ ਜਾਂਦੇ ਸਨ ਮੇਰੇ ਅੰਦਰ ਵੀ ਇਹ ਝਲਕ ਸੀ ਮੈਂ ਤਾਂ ਬੋਲਦਾ ਵੀ ਜੇ ਫੌਜ ਵਿੱਚ ਜਾਈਏ ਤਾਂ ਉੱਥੇ ਤਾਂ ਸਾਧੂ ਬਣਿਆ ਬਣਾਇਆ ਹੁੰਦਾ ਹੈ ਫੌਜੀ ਤੋਂ ਭਾਈ ਤੋ ਵਿਚਾਰ ਸੰਤ ਕਰਮ ਸਿੰਘ ਜੀ ਮੁੜ ਸਿਮਰਨ ਵਿੱਚ ਆ ਉਹਨਾਂ ਨੇ 5 ਘੰਟੇ ਤਾਂ ਟਾਈਮ ਛੱਡਣਾ ਨਹੀਂ ਨਾ ਸਾਰੀ ਰਾਤ ਸਿਮਰਨ ਕਰਨਾ ਐਵੇਂ ਨਹੀਂ ਗੁਰਬਾਣੀ ਹਾਮੀ ਭਰਦੀ ਸਾਡੀ ਕਿਹੜੀ ਗੁਰਸਿੱਖਾਂ ਦੀ ਆ ਕਿੰਨੀ ਭਿੰਨੀ ਰਹਿਣੜੀ ਭਿੱਜੀ ਹੋਈ ਰਾਤ ਆਰਾਮ ਤਲਵੀ ਆਰਾਮ ਕਰਦੇ ਨੇ ਚਮਕਣ ਤਾਰੇ ਜਾਗੈ ਸੰਤ ਜਿਨਾ ਮੇਰੇ ਰਾਮ ਪਿਆਰੇ ਕੋਈ ਚੋਰ ਯਾਰ ਠੱਗ ਵੀ ਦੇਖਦੇ ਹੋਣਗੇ ਕੋਈ ਦਲਿੱਦਰੀ ਵੀ ਹੈ ਕੋਈ ਕਰਜਈ ਵੀ ਹੈ ਕਈ ਕਹਿੰਦੇ ਨੀਂਦ ਜਿਸਨੇ ਨੌਜਵਾਨ ਲੜਕੀ ਵਿਆਹਣੀ ਹੈ 5-7 ਨੇ ਪ੍ਰਮਾਣ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਚੋਰਾਂ ਯਾਰਾਂ ਨੂੰ ਨੀਂਦ ਨਹੀਂ ਆਉਂਦੀ ਹੈ ਬੁਰਿਆਈਆਂ ਵਾਲਿਆਂ ਨੂੰ ਨੀਂਦ ਨਹੀਂ ਆਉਂਦੀ ਹੈ ਠੀਕ ਹੈ ਕਰਜਈ ਹੈ ਉਹਨੂੰ ਨੀਂਦ ਨਹੀਂ ਆਉਂਦੀ ਨੌਜਵਾਨ ਲੜਕੀ ਵਿਆਹਣੀ ਉਹਨੂੰ ਨੀਂਦ ਨਹੀਂ ਆਉਂਦੀ ਪਰ ਆ ਵੀ ਰੱਬ ਦੀ ਬੰਦਗੀ ਵਾਲੇ ਨੇ ਕੋਈ ਜਾਗਦੇ ਨੇ ਰਾਮ ਪਿਆਰੇ ਸਾਰੀ ਸਾਰੀ ਰਾਤ ਜਾਗਦੇ ਕੋਈ ਜਾਗਦੇ ਨੇ ਰਾਮ ਦੇ ਪਿਆਰੇ ਸਾਰੀ ਸਾਰੀ ਰਾਤ ਜਾਗਦੇ ਕੋਈ Yeah.
ਦੇ ਨੇ ਰਾਮ ਦੇ ਪਿਆਰੇ ਸਾਰੀ ਸਾਰੀ ਰਾਤ ਜਾਗ ਰਹੇ ਦਾ ਜਾਗੇ ਨਾਮ ਸਿਮਰੇ ਆਨ ਦਿਨੋ ਤੋ ਸੰਤਾਂ ਦਾ ਇੱਕ ਦਿਨ ਮੈਂ ਹੁਣ ਜੀਵਨ ਦਾ ਜਿਹੜਾ ਆਨੰਦ ਸੀ ਨਾ ਜਿੱਥੋਂ ਫਿਰ ਉਹ ਪ੍ਰਗਟ ਹੋਏ ਜਿਵੇਂ ਤੀਰਥ ਦੇ ਵਾਸਤੇ ਮੈਂ ਪ੍ਰਗਟ ਹੋਣ ਦੀ ਇੱਕੋ ਹੀ ਡਲੀ ਕਣੀ ਦੱਸੀ ਹੈ ਪ੍ਰਗਟ ਹੋਣਾ ਅਤੇ ਬਾਕੀ ਤੁਸੀਂ ਹੁਣ ਇਹ ਸੰਗਤਾਂ ਨੇ ਇਲਾਕੇ ਨੇ ਲਾਭ ਲੈਣਾ ਹੈ ਔਰ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਬੋਲਦਾ ਸੀ ਲਓ ਜੀ ਇੱਕ ਦਿਨ ਡਿਊਟੀ ਆ ਗਈ ਕਿ ਅੱਜ ਪਹਿਰ ਹੈ ਪਰ ਸੰਤਾਂ ਨੇ ਗਿਣਤੀ 9 ਵਜੇ ਕਰਾ ਕੇ ਜਿਹੜਾ ਨਿਤਨੇਮ ਬਣਿਆ ਸੀ ਆਪਦਾ ਆਸਣ ਰੋਜ਼ ਬਾਹਰ ਚੌਂਕਣਾ ਔਰ ਇੱਕ ਬਣਾਈ ਹੋਈ ਹੈ ਆਸਣ ਬਣਾਉਣਾ ਲਾਉਣਾ ਜਿਹਨਾਂ ਨੇ ਬੰਦਗੀ ਨਹੀਂ ਕੀਤੀ ਉਹ ਇੱਕ ਹੀ ਚੀਜ਼ਾਂ ਇਹ ਤਾਂ ਵੈਰਾਗ ਦੇ ਰਸਤੇ 'ਤੇ ਪੌੜੀਆਂ ਨੇ ਡੰਡੇ ਨੇ ਆਪਦਾ ਉਹਲੇ ਬੰਦਗੀ ਕਰਨਾ ਦਰਿਆ ਦੇ ਕਿਨਾਰੇ ਜਿਨ੍ਹਾਂ ਨੇ ਆਸਣੇ ਨਹੀਂ ਲਾਇਆ ਚੌਂਕੜਾ ਨਹੀਂ ਲਾਇਆ ਕੋਈ ਚੌਂਕੜੀ ਨਹੀਂ ਬਣਾਈ ਉਹਨਾਂ ਨੂੰ ਇਹ ਰਸਤੇ ਦਾ ਕੋਈ ਪਤਾ ਨਹੀਂ ਹੈ ਭੇਖ ਦੇ ਕੇ ਨਾ ਕਦੇ ਭੁੱਲ ਜਿਓ ਚੌਂਕੜੇ ਲਾਉਣੇ ਇਹ ਬੜੇ ਸਮੇਂ ਲੰਘੇ ਆਨੰਦ ਮਾਣਦੇ ਰਹੇ ਹਾਂ ਪਰ ਮੈਂ ਹੁਣ ਸੰਤਾਂ ਦਾ ਮੇਰੇ ਅੰਦਰ ਬੜੀ ਸੀ ਇਹ ਕਿ ਕਿਵੇਂ ਸਮਾਧੀ ਲੱਗੂ ਕਿਸ ਤਰ੍ਹਾਂ ਸਿਮਰਨ ਕਰਨਾ ਹੈ ਰਾਤ ਕਿਵੇਂ ਗੁਜ਼ਾਰਨੀ ਹੈ ਤਾਰੇ ਦੇਖਦਿਆਂ ਦੇਖਦਿਆਂ ਰਾਤ ਲੰਘਾ ਦੇਣੀ ਸਿਮਰਨ ਕਰਦਿਆਂ ਇਕੱਲੇ ਇਕੱਲੇ ਤਾਰੇ ਨਾਲ ਜਿਸ ਤਰ੍ਹਾਂ ਬਲਬ ਲੱਗੇ ਨੇ ਅੱਜ ਲੜੀਆਂ ਇੱਕ ਇੱਕ ਬਲਬ 'ਤੇ ਜਿਵੇਂ ਮਾਲਾ 'ਤੇ ਮਣਕਾ ਫੇਰਦੇ ਸਿਮਰਨ ਕਰਨੇ ਐਂ ਧਿਆਨ ਟਿਕਾਉਂਦੇ ਕਿ ਇੱਕ ਤਾਰੇ ਨਾਲ ਜਾਪ ਕਰਦੇ ਚਲੇ ਜਾਣਾ ਤਾਰਿਆਂ ਨਾਲੇ ਅਭਿਆਸ ਚੰਦਰਮਾ ਨਾਲੇ ਅਭਿਆਸ ਜੇ ਸੂਰਜ ਚੜ ਗਿਆ ਤਾਂ ਪਿਆਰ ਹੈ ਕਿ ਭਾਈ ਚੰਦ ਚਕੋਰ ਪ੍ਰੀਤ ਚੰਦ ਦੀ ਚਕੋਰ ਦੀ ਪ੍ਰੀਤੀ ਸੂਰਜ ਨਾਲ ਸਾਰੀ ਜ਼ਿੰਦਗੀ ਮਹਾਂਪੁਰਸ਼ ਕਈ ਸਾਧੂ ਦੇਖੇ ਕਿ ਸੂਰਜ ਚੜ੍ਹਨ ਤੋਂ ਨਾਲੇ ਐਂ ਜਿਵੇਂ ਅੱਜ ਕੱਲ੍ਹ ਫੁੱਲ ਬੜੇ ਲੱਗੇ ਹੋਏ ਨੇ ਬਾਹਰ ਦੇਖਦਿਆਂ ਸੂਰਜ ਮੁਖੀ ਜਿੱਧਰ ਨੂੰ ਸੂਰਜ ਜਾਂਦਾ ਉਹਦਾ ਉਹ ਕੂਹੇ ਮੁੱਖ ਖਿੜਦਾ ਜਾਂਦਾ ਜਿਨ੍ਹਾਂ ਦੇ ਸੂਰਜ ਨਾਲ ਅਭਿਆਸ ਸ਼ੁਰੂ ਨੇ ਛਿਪਣ ਵੇਲੇ ਸੰਤ ਮੁਨੀ ਰਾਧਾ ਰਾਮ ਜੀ ਮੈਂ ਅੱਖੀਂ ਦੇਖੇ
ਢਾਬ ਤੇ ਖੜੇ ਰਹਿਣਾ ਸੂਰਜ ਚੜ੍ਹਨ ਤੋਂ, ਸ਼ਾਮ ਨੂੰ ਉੱਧਰ ਸੂਰਜ ਨੇ ਛਿਪਣਾ, ਸੰਤਾਂ ਨੇ ਢਾਬ ਵਿੱਚ ਡਿੱਗ ਪੈਣਾ ਮੂਧੇ ਐਂ ਜਿੱਤ ਜਾਣਾ। ਤੋ ਇਹਨਾਂ ਦਾ ਸਿਮਰਨ ਐਂ ਸੂਰਜ ਨਾਲ ਹੀ ਸਿਮਰਨ, ਸੂਰਜ ਮੁਖੀ ਵਾਂਗ, ਚੰਦਰਮਾ ਨਾਲ, ਤਾਰਿਆਂ ਨਾਲ ਉਹਨਾਂ ਦਾ ਦਿਨ ਰਾਤ ਨਾਮ ਸਿਮਰੈ ਅਨ ਦਿਨੋ, ਅਨ ਦਿਨੋ ਦਿਨ ਰਾਤ ਹੀ ਉਹਨਾਂ ਦਾ ਇੱਕ ਬਣਾਇਆ। ਰਾਤ ਦਾ ਪਹਿਰਾ ਆ ਗਿਆ, ਆਪਦੇ ਨਿਤਨੇਮ ਅਨੁਸਾਰ ਜਿੱਥੇ ਚੌਂਤਰਾ ਬਣਾਇਆ ਉੱਥੇ ਮੌਜ ਨਾਲ ਜਾ ਕੇ ਚੌਂਕੜਾ ਲਾ ਲਿਆ, ਆਪਦੇ ਗੁਰੂ ਸ਼ਬਦ ਆਨੰਦ ਵਿੱਚ ਸਮਾਧੀ ਲੱਗ ਗਈ। ਪਰ ਨਹੀਂ ਆਏ, ਪੈਰੇ 'ਤੇ ਡਿਊਟੀ ਨਹੀਂ ਦਿੱਤੀ। ਖੁਦ ਗੁਰੂ ਜਿਹੜਾ ਕਿ ਦਿਲੀ ਯਾਦ ਕਰਦਾ ਸੀ, ਪਰਿਵਾਰ ਸਾਹਮਣੇ ਚਿਹਰਾ ਦੇਖਿਆ ਸੀ, ਉਹੀ ਝਲਕ ਹੈ। ਅੱਜ ਉਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਾਤਸ਼ਾਹ ਨੂੰ ਆਪਦੇ ਸਿੱਖ ਸੰਤ ਦਾ ਪਹਿਰਾ ਦੇਣਾ ਪਿਆ। ਸਾਹਿਬ ਆਇਆ, ਅੰਗਰੇਜ਼ ਸੀ ਕੈਪਟਨ, ਉਸ ਵੇਲੇ ਅੰਗਰੇਜ਼ ਅਫਸਰ ਹੁੰਦੇ ਸਾਰੇ ਹਾਈ ਕਮਾਂਡਾਂ ਦੇ ਤਕਰੀਬਨ, ਆਪਣੇ ਪੰਜਾਬੀਆਂ ਨੂੰ ਇੰਡੀਅਨ ਲੋਕਾਂ ਨੂੰ ਘੱਟ ਅਫਸਰ ਬਣਾਉਂਦੇ, ਬਾਕੀ ਡਿਊਟੀਆਂ ਹੀ ਕਰਾਉਂਦੇ ਸਨ। ਉਹ ਆਏ, ਦੇਖਿਆ ਅੱਗੇ ਦਸ਼ਮੇਸ਼ ਪਿਤਾ, ਕੋਈ ਮਿੱਠੀ ਸ਼ਬਦ ਦੀ ਧੁਨ ਲੱਗੀ ਹੈ, ਧਾਰਨਾ ਕੋਈ ਸ਼ਬਦ ਪੜ੍ਹਦੇ ਨੇ। ਹੈਲੋ ਕਰਮ ਸਿੰਘ, ਹੈਲੋ ਸਿੱਖ ਕਰਮ ਸਿੰਘ, ਆਵਾਜ਼ ਇੰਗਲਿਸ਼ ਵਿੱਚ ਵੀ, ਔਰ ਨਾਮ ਲਿਆ ਕੁਝ ਜੋ ਭਾਸ਼ਾ ਬੋਲਦੇ ਹੈ, ਬੋਲ ਕੇ ਹੱਥ ਮਿਲਾਇਆ। ਸਲੂਟ ਤਾਂ ਦੇਣਾ ਹੀ ਸੀ, ਉਹਨੇ ਭੱਜ ਕੇ ਹੱਥ ਮਿਲਾ ਲਿਆ। ਕਿੱਥੇ ਆਮ ਦੁਨੀਆਂ ਦੇ ਹੱਥ, ਆਮ ਬੰਦਿਆਂ ਦੇ ਹੱਥ, ਕਿੱਥੇ ਗੁਰੂ ਗੋਬਿੰਦ ਸਿੰਘ ਨੇ ਉਹ ਸਾਹਿਬ ਨਾਲ ਹੱਥ ਮਿਲਾ ਲਿਆ। ਉਹਨੂੰ ਛਨਾਟਾ ਪਿਆ, ਉਹਦੇ ਰੋਮ ਰੋਮ ਵਿੱਚ ਪ੍ਰਕਾਸ਼ ਹੋ ਗਿਆ, ਆਨੰਦ ਹੀ ਆਨੰਦ ਮਿਲ ਗਿਆ ਜ਼ਰੂਰ। ਉਹ ਸ਼ਬਦ ਭਾਵੇਂ ਉਹਦੇ ਕੰਠ ਨਾ ਹੋਇਆ, ਪਰ ਉਹ ਧੁਨ ਨੇ ਖਿੱਚ ਲਿਆ। ਹੁਣ ਸਾਹਿਬ ਜਾ ਕੇ ਆਰਾਮ ਕਰਦਾ, ਆਰਾਮ ਨਹੀਂ ਆਉਂਦਾ। ਦਸ਼ਮੇਸ਼ ਜੀ ਦੀ ਚੱਲ ਤੇ ਹੱਥ ਮਿਲ ਗਿਆ ਹੋਵੇ, ਜਿਹਨੂੰ ਗਲੇ ਲਾ ਲੈਣ, ਉਹ ਸੀਨਾ ਠਾਰ ਹੋ ਜਾਵੇ। ਕਰੋੜਾਂ ਜਨਮਾਂ ਦੇ, ਇੱਕ ਨਹੀਂ ਕੋਟ ਜਨਮ ਕੇ ਦੁੱਖ ਗਵਾਏ ਰੂਪ, ਕਰੋੜਾਂ ਜਨਮਾਂ ਦੇ ਪਾਪ ਦਗਧ ਕਰ ਦੇਣ। ਹੱਥ ਮਿਲ ਗਿਆ, ਰੋਮ ਰੋਮ ਖਿਲ ਗਿਆ। ਅੰਮ੍ਰਿਤ ਵੇਲੇ ਸੰਤ ਕਰਮ ਸਿੰਘ ਉੱਠੇ, ਸਮੇਂ ਸਿਰ ਇਸ਼ਨਾਨ ਕੀਤਾ, ਨਿਤਨੇਮ ਨੇਮ ਪਰਣ ਰੋਜ਼ ਦਾ ਸਿਮ, ਨਿਤਨੇਮ ਕੀਤਾ, ਇਸ਼ਨਾਨ ਸਿਮਰਨ ਕੀਤਾ, ਸੁਬਹਾ ਦੀ ਡਿਊਟੀ 'ਤੇ ਆਉਣੇ ਆ ਹਾਜ਼ਰ ਹੋਏ। ਔਰ ਪਰੇਡ ਦਾ ਸਮੇਂ ਹੈ, ਸਾਹਿਬ ਨੇ ਬੜੇ ਪਿਆਰ ਨਾਲ, ਝਲਕ ਪਈ ਹੋਈ ਸੀ ਪਰ ਹੁਣ ਦਿਲ ਵਿੱਚ ਆਇਆ ਕਿ ਮੈਂ ਚੈੱਕ ਕਰਾਂ। ਪਹੁੰਚ ਗਏ ਉੱਥੇ ਹੀ, ਹੈਲੋ ਕਰਮ ਸਿੰਘ, ਜਿਹੜੀ ਰਾਤ ਪਹਿਰੇ 'ਤੇ ਖੜ੍ਹੇ ਸ਼ਬਦ ਧੁਨ ਲੱਗੀ ਸੀ ਉਹੀ ਸੁਣਾਓ। ਜਵਾਬ ਮਿਲਿਆ, ਸਾਹਿਬ ਮੈਂ ਗੈਰ ਹਾਜ਼ਰ ਸੀ। ਕਹਿੰਦੇ ਨਹੀਂ, ਸਿੱਖ ਹੋ ਕਰਕੇ ਝੂਠ ਕਿਉਂ ਬੋਲਦੇ? ਕਹਿੰਦੇ ਮੈਂ ਸੱਚ ਕਹਿਣਾ ਗੁਰੂ ਨੂੰ ਜਾਣ ਕੇ, ਮੈਂ ਨਹੀਂ ਸੀ। ਕਹਿੰਦੇ ਤੀਸਰੀ ਦਫ਼ਾ ਕਹਿ ਰਹੇ ਹਾਂ ਕਿ ਸਿੱਖਾ ਤੂੰ ਝੂਠ ਨਾ ਬੋਲ, ਮੈਂ ਤੈਨੂੰ ਚੈੱਕ ਕੀਤਾ, ਹੱਥ ਮਿਲਾਇਆ ਸਲੂਟ ਦੀ ਜਗ੍ਹਾ, ਔਰ ਉਦੋਂ ਦਾ ਮੈਨੂੰ ਆਨੰਦ ਹੈ, ਮੇਰਾ ਰੋਮ ਰੋਮ ਖਿੜਿਆ। ਮਤਲਬ ਭਾਸ਼ਾ 'ਚ ਮੈਂ ਸਿੱਧਾ ਬੋਲਦਾ, ਉਹ ਕੁਝ ਇੰਗਲਿਸ਼ ਵੀ ਬੋਲਦਾ ਜਾਂਦਾ ਸੀ ਸਾਹਿਬ ਅੰਗਰੇਜ਼, ਅਤੇ ਮੈਨੂੰ ਇੰਨਾ ਆਨੰਦ ਹੈ, ਤੂੰ ਝੂਠ ਕਿਉਂ ਬੋਲਦਾ? ਉਸ ਵੇਲੇ ਸੰਤਾਂ ਨੇ ਸਮਝ ਲਿਆ, ਉਹ ਮੈਂ ਗੈਰ ਹਾਜ਼ਰ ਸੀ ਪਹਿਰੇ 'ਤੇ, ਮੇਰੀ ਜਗ੍ਹਾ 'ਤੇ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਆਉਣਾ ਪੈ ਗਿਆ। ਜਵਾਬ ਦੇ ਦਿੱਤਾ ਸਾਹਿਬ ਨੂੰ ਆ ਪਿਆਰ ਨਾਲ ਕਿ ਮੈਂ ਨਹੀਂ ਸੀ, ਮੈਂ ਸੱਚ ਕਹਿਣਾ। ਪੈਰਾਂ ਦੇ ਗਿਆ ਕਲਗੀਆਂ ਵਾਲਾ
ਸਾਹਿਬ ਮੈਂ ਬਿਲਕੁਲ ਸੱਚ ਕਹਿਣਾ, ਪਰ ਉਸ ਵੇਲੇ ਫਿਰ ਆਖਿਆ ਮੈਂ ਹੁਣ ਤੁਹਾਡੀ ਡਿਊਟੀ ਨਹੀਂ ਕਰਦੀ। ਸੰਤ ਮਹਾਰਾਜ ਮੇ ਸੰਤ ਬਾਬਾ ਜੀ ਮਹਾਰਾਜ ਇਸ ਧਰਤੀ ਵਿੱਚ ਭਾਗ ਲਾਏ ਗੁਰਸਾਗਰ ਮਸਤ ਹੋਣਾ, ਮਹਾਰਾਜ ਨੇ ਕਿਉਂ ਡਿਊਟੀ ਛੱਡੀ ਸੀ? ਸੰਤ ਆਦਰ ਸਿੰਘ ਜੀ, ਇਸ ਤਰ੍ਹਾਂ ਸੰਤ ਮੱਘਰ ਸਿੰਘ ਜੀ, ਸੰਤ ਕਰਮ ਸਿੰਘ ਜੀ ਅੱਜ ਕਹਿ ਦਿੱਤਾ, ਅੱਜ ਤੋਂ ਆਪਣੀ ਡਿਊਟੀ ਸੰਭਾਲੋ, ਹੁਣ ਤਾਂ ਮੈਂ ਉਸੇ ਸੱਚੇ ਪਾਤਸ਼ਾਹ ਦੀ, ਸੱਚੀ ਸਰਕਾਰ ਦੀ ਡਿਊਟੀ ਕਰੂੰਗਾ, ਉਹਦੀ ਚਾਕਰੀ ਕਰੂੰ, ਝੂਠੀ ਗੌਰਮੈਂਟ ਦੀ ਮੈਂ ਨਹੀਂ ਡਿਊਟੀ ਕਰਨੀ। ਉਦੋਂ ਬਾਅਦ ਆ ਸੱਚੀ ਸਰਕਾਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਚਾਕਰ ਲੈ ਗਏ। ਚਾਕਰੀ ਦਾ ਆਨੰਦ ਜਿਹੜਾ ਹੈ ਨਾ, ਚਾਕਰ ਪਿਆਰ ਵਿੱਚ ਸੇਵਕ, ਜਿਨ੍ਹਾਂ ਦੀ ਅੱਜ ਹੋਤੀ ਮਰਦਾਨ ਤੋਂ ਬਾਅਦ ਕਿਵੇਂ ਉਹਨਾਂ ਦਾ ਆ ਪਰਿਵਾਰ ਚੱਲਿਆ, ਕਿਤਨੇ ਸਾਧੂ ਅੱਗੇ ਪੈਦਾ ਹੋਏ, ਕਿਤਨਿਆਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਹੁਣ ਮੈਂ ਕਿਉਂਕਿ ਟਾਈਮ ਆਪਣੇ ਪਿਆਰ ਵਿੱਚ 10:30 ਹੋ ਗਈ, 10 ਤੱਕ ਦਾ ਟਾਈਮ ਹੈ, ਆ ਕੁਝ ਆਨੰਦ ਜਿਹੜਾ ਵਰਤਿਆ ਬਹੁਤ ਹੀ ਆਨੰਦਮਈ ਖੇਡ ਹੈ। ਅਤੇ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਮੈਂ ਕੁਛ, ਕਿਉਂਕਿ ਅੱਜ ਪਹਿਲਾ ਦੀਵਾਨ ਹੈ, ਕੱਲ੍ਹ ਨੂੰ ਰਾਤਰੀ ਦੇ ਮਤ ਖਿਆਲ ਕਰਨਾ, ਸੋਚਣਾ ਮੈਂ ਵੱਧ ਤੋਂ ਵੱਧ ਸਮਾਂ ਵੀ ਐਤਵਾਰ ਹੁੰਦਾ ਅੱਧੇ, ਤਾਂ ਇਹਨਾਂ ਕਹਿਣ ਵੀ ਆਉਣਾ ਨਹੀਂ, ਮੈਂ ਬਿਲਕੁਲ ਆਊਂਗਾ ਲਾਸਟ ਪਕੜੇ ਹੋ ਗਏ, ਬਿਲਕੁਲ ਬਿਲਕੁਲ। ਉਹ ਤਾਂ ਦੁਖੀਆਂ ਦੇ ਦੁੱਖ ਨੇ ਨਿਵਿਰਤੀ, ਉਹ ਜਿਹੜਾ ਉੱਥੇ ਆ ਗਿਆ ਉਹਦੇ ਦੁੱਖ ਆਪੇ ਹੀ ਹਰੇ ਜਾਂਦੇ ਨੇ, ਉਹ ਤਾਂ ਨਿਹਾਰ। ਤਿੰਨ ਚਾਰ ਚਾਰ ਵਜੇ ਨੂੰ ਉੱਥੇ ਵਾਹਿਗੁਰੂ ਪਿਆਰ ਅਕਾਲ, ਕਿ ਉਹ 3 ਔਰ 4 ਵਜੇ ਤੱਕ ਜਿਹੜੇ ਭੁਗਤ ਗਏ ਭੁਗਤ, ਬਈ ਫਿਰ ਆ ਜਾਓ, ਆਉਂਦੇ ਵਾਰ ਕਿਹੜਾ ਐਤਵਾਰ ਆਉਣੇ ਨਹੀਂ, ਪਰ ਆ ਤਾਂ ਸਾਲਾਨਾ ਜੋੜ ਮੇਲ ਹੈ ਨਾ, ਇਹਨੂੰ ਬਾਅਦ ਚੜ ਕੇ ਕੱਲ੍ਹ ਦੇ ਸਮੇਂ ਨੂੰ, ਇਸੇ ਰਾਤਰੀ ਠੰਡ ਹੈ ਔਰ ਸ਼ਾਂਤੀਪੂਰਵਕ ਹੈ, ਸ਼ਹਿਰੀ ਦੇਖੋ ਕਿੱਥੋਂ ਸੰਗਰੂਰ ਸ਼ਹਿਰ ਦੀਆਂ ਸੰਗਤਾਂ ਕਿੰਨੇ ਨਾਮ ਲਈਏ, ਔਰ ਇਲਾਕਾ ਵਾਸੀ ਬੈਠੇ ਹੋ ਪਿਆਰ ਵਿੱਚ, ਪਰਿਵਾਰ ਆਪਣਾ ਮਹਾਂਪੁਰਸ਼ਾਂ ਦਾ, ਸੰਤ ਬਾਬਾ ਆਦਰ ਸਿੰਘ ਜੀ ਦਾ ਸਮਝੋ, ਸਾਰਾ ਨਗਰੀ ਪਰਿਵਾਰ ਇਲਾਕਾ ਬੈਠਾ ਉਹਨਾਂ ਦਾ, ਬੜੇ ਪਿਆਰ ਨਾਲ ਲਾਹੇ ਲੈਣੇ ਨੇ। ਸੰਤ ਬਾਬਾ ਮੱਲ ਸਿੰਘ ਜੀ ਦਾ ਜਿਸ ਤਰ੍ਹਾਂ ਬਹੁਤ ਜੀਵਨ ਮਹਾਂਪੁਰਸ਼ਾਂ ਦੇ ਜੋ ਚਲਾਏ ਹੋਏ ਪੂਰਨੇ ਨੇ ਸੇਵਾ ਵਿੱਚ ਹੀ ਲੰਘਿਆ, ਉਹਨਾਂ ਦੀਆਂ ਝਲਕਾਂ ਦੇ ਆਨੰਦ, ਸਾਡੇ ਸੰਤ ਹਰਚੰਦ ਸਿੰਘ ਜੀ ਮਾਸਟਰ ਜੀ ਦਾ ਖਿਤਾਬ ਪਾਵੇਂ ਆ, ਪਰ ਇਸ ਤਾਂ ਸੰਤਾਂ 'ਚ ਗਿਣਦੇ ਹਾਂ ਭਾਈ, ਇਹ ਜੋ ਹੈ ਹੀ ਸੰਤ ਖਾਲਸਾ, ਸੰਤ ਖਾਲਸਾ ਦਲ ਜੋ ਹੈ ਨਿਹਾਲ, ਇੱਥੇ ਆ ਸਭ ਖਾਲਸ ਨੇ, ਇਹਨਾਂ 'ਚ ਕੌਣ ਹੈ ਨਿਖਾਲਸ, ਖਾਲਸ ਨੇ ਸਭ ਸੰਤ ਨਾਮ ਜਪਣ ਵਾਲੇ, ਜੋ ਨਾਮ ਜਪੇ ਬਾਈ ਸੰਤ ਖਾਲਸਾ ਪ੍ਰਕਾਸ਼ ਦਾ ਆਨੰਦ ਵਰਤ ਰਿਹਾ। ਆਓ ਪਿਆਰ ਵਿੱਚ ਹੁਣ ਗੁਰਸਤੋਤਰ ਵਿੱਚ ਸਾਥ ਦਿਓ, ਮੈਨੂੰ ਰੱਖੀ ਸਾਧੂਆਂ ਦੇ ਪਾਛੇ, ਇਹੋ ਦਾਨ ਮੰਗਾਂ ਵਾਹਿਗੁਰੂ, ਐਸੇ ਰਸਤੇ 'ਤੇ ਚੱਲਦੇ ਰਹੀਏ। ਗੁਰਸਤੋਤਰ ਅਰਦਾਸ ਪਵਿੱਤਰ ਹੁਕਮਨਾਮਾ ਸਾਹਿਬ, ਉਪਰੰਤ ਨਾਲ ਲਗਮਾ ਸੈਕਟਰੀ ਦੀ ਡਿਊਟੀ ਨਿਭਾਉਂਦੇ ਹੋਏ ਸਾਡੇ ਜੋ ਮਾਨਣੀ ਹੈ ਸੰਤ ਹਰਚੰਦ ਸਿੰਘ ਜੀ, ਮਹਾਨ ਕੀਰਤਨੀਏ ਵੀ ਨੇ, ਪ੍ਰਚਾਰਕ ਨੇ, ਵਿਦਵਾਨ ਨੇ, ਸੰਤ ਖਾਲਸਾ ਦਲ ਦੇ ਇੱਕ ਅੰਗ ਹਨ ਸਾਡੇ ਬਾਡੀ ਦੇ, ਪਿਆਰ ਵਿੱਚ ਉਹ ਸੰਦੇਸ਼ ਆਪ ਸੰਗਤਾਂ ਪ੍ਰਤੀ ਜੋ ਪ੍ਰਬੰਧਕਾਂ ਨੇ ਮਹਾਨ ਜੱਗ ਰਚਾਇਆ, ਮਹਾਂਪੁਰਖਾਂ ਦੀ ਯਾਦ ਮਨਾਈ ਜਾ ਰਹੀ ਹੈ, ਉਹਦੇ ਪ੍ਰਥਾਏ ਸੰਗਤਾਂ ਨੂੰ ਬੇਨਤੀ ਕਰਨਗੇ, ਲਾਭ ਉਠਾਓ। ਕੱਲ੍ਹ ਦਾ ਸਮਾਂ ਦੀਵਾਨ ਦਾ ਰਾਤਰੀ ਦਾ 7 ਤੋਂ 10 ਵਾਲਾ, ਆਪ ਸੰਗੀਆਂ ਸਾਥੀਆਂ ਸਮੇਤ ਪਿਆਰ ਨਾਲ ਪਹੁੰਚੋ, ਸੰਗੀਆਂ ਸਾਥੀਆਂ ਨੂੰ ਵੀ ਨਾਲ ਲਿਆਓ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ।
ਧਨ ਗੁਰੂ ਅਰਜਨ ਸਾਹਿਬ ਜੀ ਧਨ ਸਾਹਿਬ ਪਿਤਾ ਧੰਨ ਹੈ।